ਵੈਲਕਮ ਟੂ ਟੁਡੇਜ਼ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋਅ। ਤੁਹਾਡਾ ਸਾਡਾ ਨਿਰੰਤਰ ਸਾਥ ਜੋ ਪਿਛਲੇ ਕੁਝ ਸਮੇਂ ਤੋਂ ਬਣਿਆ ਆ ਰਿਹਾ ਜੀ, ਉਸ ਵਿੱਚ ਹਰ ਰੋਜ਼ ਸਾਂਝ ਪਾਈ ਜਾਂਦੀ ਹੈ। ਪੋਲੀਟਿਕਸ, ਇਕਨੋਮਿਕਸ, ਸਪੋਰਟਸ, ਲਾਈਫ ਸਟਾਈਲ, ਹੈਲਥ ਇਸ਼ੂਜ਼ ਦੇ ਬਾਰੇ ਗੱਲਬਾਤ ਕਰਦੇ ਹਾਂ। ਤੁਸੀਂ ਵੀ ਜੇਕਰ ਕਿਸੇ ਮੁਕਾਮ 'ਤੇ ਪਹੁੰਚੇ ਹੋ ਅਤੇ ਇੱਥੇ ਇਸ ਪ੍ਰੋਗਰਾਮ ਵਿੱਚ ਆਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰਨਾ 604-603-7555 ਜਾਂ ਫਿਰ ਈਮੇਲ ਰਾਹੀਂ harpreet@akaltv.com। ਨਾਲ ਹੀ ਜੇਕਰ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਸੁਨਹਿਰੀ ਮੌਕਾ। ਪੂਰੇ ਕੈਨੇਡਾ ਭਰ ਵਿੱਚ ਇਹ ਜੋ ਪ੍ਰੋਗਰਾਮ ਜਾਂਦਾ ਹੈ, ਇਸ ਬਾਰੇ ਤੁਸੀਂ ਸਾਡੀ ਸੇਲਸ ਟੀਮ ਨਾਲ ਗੱਲਬਾਤ ਕਰ ਸਕਦੇ ਹੋ sales@akaltv.com। ਸੋ ਅੱਜ ਦੇ ਇਸ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਇੰਟਰਵਿਊ ਦੇ ਨਾਲ। ਸਰਦਾਰ ਦਲਜੀਤ ਸਿੰਘ ਕਲਿਆਣਪੁਰੀ ਆਪਣੇ ਭਾਈਚਾਰੇ ਦੇ ਇੱਕ ਨਾਮਵਰ ਸ਼ਖਸੀਅਤ ਹਨ, ਉਹਨਾਂ ਨਾਲ ਜੋ ਗੱਲਬਾਤ ਹੋਈ ਉਹ ਸੁਣਦੇ ਹਾਂ। ਇੱਕ ਵਾਰ ਪਹਿਲਾਂ ਵੀ ਅਸੀਂ ਤੁਹਾਡੀ ਮੁਲਾਕਾਤ ਕਰਵਾਈ ਸੀ ਇਸ ਸ਼ਖਸੀਅਤ ਨਾਲ ਜਿਹਦੇ ਬਾਰੇ ਤੁਹਾਨੂੰ ਮੁੜ ਤੋਂ ਅਸੀਂ ਸਾਂਝ ਪਾਉਣ ਜਾ ਰਹੇ ਹਾਂ। ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੀ, ਜਿਸ ਦੇ ਵਿੱਚ ਕਿ ਇਹਨਾਂ ਨੇ ਕਲਚਰ ਨੂੰ ਪ੍ਰਮੋਟ ਕਰਨ ਵਾਸਤੇ ਆਪਣਾ ਪੂਰਾ ਜੀਵਨ ਲਾ ਦਿੱਤਾ। ਦਲਜੀਤ ਸਿੰਘ ਕਲਿਆਣਪੁਰੀ ਜੀ ਵੱਲੋਂ ਇਤਿਹਾਸ ਨਾਲ ਸਿਹਤ ਨਾਲ ਜੋੜਨ ਲਈ ਬਹੁਤ ਉਪਰਾਲੇ ਕੀਤੇ ਜਾਂਦੇ ਰਹੇ ਅਤੇ ਸਟੇਜ ਦੇ ਮਾਧਿਅਮ ਰਾਹੀਂ ਇਹਨਾਂ ਨੇ ਹਮੇਸ਼ਾ ਹੀ ਆਪਣੀ ਗਾਇਕੀ ਰਾਹੀਂ ਇਹ ਮੈਸੇਜ ਪਹੁੰਚਾਇਆ ਕਿ ਹਮੇਸ਼ਾ ਹੀ ਅਸੀਂ ਆਪਣੇ ਕਲਚਰ ਨਾਲ ਜੁੜ ਕੇ ਰਹੀਏ। ਅੱਜ ਆਓ ਇਤਿਹਾਸ ਦੇ ਪੰਨਿਆਂ ਨੂੰ ਫਿਰ ਤੁਹਾਨੂੰ ਥੋੜ੍ਹਾ ਜਿਹਾ ਉਸ ਦੇ ਵਿੱਚ ਲੈ ਕੇ ਚੱਲਦੇ ਹਾਂ ਅਤੇ ਪੁਰਾਣੇ ਸਮੇਂ ਦੇ ਵਿੱਚ ਜੋ ਕੁਝ ਜਜ਼ਬਾਤ ਸਨ, ਜਿਸ ਤਰੀਕੇ ਨਾਲ ਸਾਡੇ ਸ਼ਹੀਦਾਂ ਨੇ ਜੋ ਕੁਝ ਕੀਤਾ ਅਤੇ ਜੋ ਕੁਝ ਸਾਡੇ ਵਾਸਤੇ ਉਹਨਾਂ ਨੇ ਕੀਤਾ, ਉਸ ਨੂੰ ਅੱਗੇ ਲੈ ਕੇ ਹਾਜ਼ਰ ਹੋ ਰਹੇ ਹਾਂ। ਆਓ ਸਵਾਗਤ ਕਰਦੇ ਹਾਂ ਦਲਜੀਤ ਸਿੰਘ ਕਲਿਆਣਪੁਰ ਜੀ ਦਾ। ਜੈਨੂ ਜੀ, ਇੱਕ ਵਾਰ ਫਿਰ ਜੈ। ਥੈਂਕ ਯੂ ਜੀ ਹਰਪ੍ਰੀਤ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਕਲਿਆਣਪੁਰੀ ਸਾਹਿਬ, ਤੁਹਾਡੇ ਬਾਰੇ ਸਭ ਨੂੰ ਪਤਾ ਹੈ, ਪਿਛਲੇ ਪ੍ਰੋਗਰਾਮ ਜਦੋਂ ਅਸੀਂ ਗੱਲਬਾਤ ਕੀਤੀ ਸੀ ਤਾਂ ਬਹੁਤ ਸਾਰੇ ਕਾਲਸ ਵੀ ਆਏ ਲੋਕਾਂ ਨੇ, ਬੜੀ ਸ਼ਲਾਘਾ ਕੀਤੀ ਇਸ ਚੀਜ਼ ਦੀ। ਇਤਿਹਾਸ ਨਾਲ ਜੁੜਨਾ ਤੁਸੀਂ ਕਿਉਂ ਸਮਝਦੇ ਹੋ ਕਿ ਇਹ ਜ਼ਰੂਰੀ ਹੈਗਾ, ਇਸ ਤੋਂ ਕੀ ਸਬਕ ਸਿੱਖਣਾ ਚਾਹੀਦਾ? ਮੈਂ ਤਾਂ ਕਹਿੰਦਾ ਇਤਿਹਾਸ ਤੋਂ ਬਿਨਾਂ ਕੋਈ ਗੱਲ ਹੀ ਨਹੀਂ ਹੈਗੀ। ਇਤਿਹਾਸ ਨਾਲ ਜੁੜਨਾ ਤਾਂ ਬਹੁਤ ਹੀ ਜ਼ਰੂਰੀ ਹੈ ਜੀ। ਜਿਹੜੇ ਸਾਡੇ ਸ਼ਹੀਦ ਆ, ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਵੀ ਸ਼ਹੀਦ ਹੁੰਦੇ ਕੌਣ ਆ। ਜ਼ਰੂਰ, ਜ਼ਿੰਦਗੀ ਦੇ ਉੱਡਣ ਲਈ ਦੋ ਖੰਭ ਹੁੰਦੀ ਜ਼ਿੰਦਗੀ, ਜ਼ਿੰਦਗੀ ਦੇ ਉੱਡਣ ਲਈ ਦੋ ਖੰਭ ਹੁੰਦੀ ਜ਼ਿੰਦਗੀ, ਜ਼ਿੰਦਗੀ ਵਿੱਚ ਹੰਝੂਆਂ ਦਾ ਛੰਭ ਹੁੰਦੀ ਜ਼ਿੰਦਗੀ, ਪਰ ਵਤਨ ਦੀ ਰਾਹ ਉੱਤੇ ਮੌਤ ਜਿਹਦੀ ਆ ਜਾਵੇ, ਖਤਮ ਹੁੰਦੀ ਮੌਤ ਤੇ ਆਰੰਭ ਹੁੰਦੀ ਜ਼ਿੰਦਗੀ। ਬਹੁਤ ਖੂਬ, ਬਹੁਤ ਖੂਬ। ਸਾਡੇ ਇਤਿਹਾਸ ਵਿੱਚ ਸਾਡੇ ਕੌਮ ਦੇ ਬਹੁਤ ਸਾਰੇ ਸ਼ਹੀਦ ਹੋਏ ਹੈਗੇ ਤੇ ਅੱਜ ਚਾਹਾਂਗੇ ਕਿ ਕੁਝ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਕੁਝ ਉਹਨਾਂ ਦੇ ਪ੍ਰਤੀ ਕੁਛ ਜੋ ਤੁਸੀਂ ਗਾਇਆ ਹੋਵੇ, ਕੁਝ ਲਿਖਿਆ ਹੋਵੇ, ਉਹ ਸ਼ੇਅਰ ਕਰੋ। ਹਰਪ੍ਰੀਤ ਜੀ, ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਜਿਹੜੀ ਵਧੀਆ ਨਜ਼ਮ ਹੈ। ਓਕੇ ਜੀ। ਜਿਹੜੀ ਬਾਕੀ ਕਲਾਕਾਰਾਂ ਨਾਲੋਂ ਨਖੇੜ ਕੇ ਮੈਨੂੰ ਮੋਹਰੇ ਲਿਆਈ ਹੈ ਜੀ, ਸ਼ਹੀਦ ਊਧਮ ਸਿੰਘ। ਅੱਛਾ ਜੀ। ਅੱਗੇ ਵੀ ਮੇਰਾ ਖਿਆਲ ਕਦੇਰ ਹੋ ਚੁੱਕੀ ਹੋਵੇ, ਸ਼ਾਇਦ ਸੁਣੀ ਹੋਵੇ ਜੀ, ਪਰ ਬਹੁਤ ਵਧੀਆ ਨਜ਼ਰ ਪਤਾ ਇਹਦੇ ਵਰਡਿੰਗ ਵੱਲ ਧਿਆਨ ਦੇਣਾ। ਜ਼ਰੂਰ। ਊਧਮ ਸਿੰਘ ਤਿੰਨ ਵਾਰੀ ਭੇਸ ਬਦਲ ਕੇ ਇੰਗਲੈਂਡ ਜਾਂਦਾ, ਉਹਦਾ ਸੂਤ ਨਹੀਂ ਲੱਗਦਾ ਜੀ, ਪਰ ਜਿੱਥੇ ਲੰਡਨ ਦੇ ਕੈਕਸਟਨ ਹਾਲ ਦੇ ਵਿੱਚ ਐਡਵਾਇਰ ਨੇ ਰਿਪੋਰਟ ਪੇਸ਼ ਕਰਨੀ ਸੀ ਕਿ ਮੈਂ ਪੰਜਾਬੀਆਂ ਦੀ ਇੱਜ਼ਤ ਨੂੰ ਕੁੱਤਿਆਂ ਦੀ ਤਰ੍ਹਾਂ ਰੋਲ ਦਿੱਤਾ, ਤਾਂ ਊਧਮ ਸਿੰਘ ਵੀ ਉਸ ਮੀਟਿੰਗ ਦੇ ਵਿੱਚ ਬੈਠਾ। ਅੱਛਾ ਜੀ। ਮਾਰਨ ਤੋਂ ਐਕਚੁਅਲੀ ਗਿਆ ਸੀ ਡਾਇਰ ਨੂੰ, ਪਰ ਡਾਇਰ ਪਹਿਲੇ ਬਿਮਾਰ ਹੋ ਕੇ ਮਰ ਚੁੱਕਾ ਸੀ ਜੀ। ਜਦੋਂ ਐਡਵਾਇਰ ਨੇ ਗੱਲ ਆਖੀ ਤੇ ਊਧਮ ਸਿੰਘ ਦੇ ਮਨ ਚ ਖਿਆਲ ਆਇਆ, ਊਧਮ ਸਿੰਘ ਅੱਜ ਵਰਗਾ ਮੌਕਾ ਨਹੀਂ ਵੀ ਤੈਨੂੰ ਮੁੜ ਕੇ ਲੱਭਣਾ ਜੀ। ਇਹਦੇ ਵਿੱਚ ਤਾਂ ਉਹਦੇ ਵਿੱਚ ਕੀ ਫਰਕ ਹੈ, ਇੱਕ ਹੁਕਮ ਦੇਣ ਵਾਲਾ ਸੀ, ਇੱਕ ਹੁਕਮ ਮੰਨਣ ਵਾਲਾ ਸੀ ਜੀ। ਸੋ ਉਹ ਵਾਰ ਹੈ ਊਧਮ ਸਿੰਘ ਦੀ ਲੰਡਨ ਦੇ ਕੈਸਟਲ ਹਾਲ ਦੇ ਵਿੱਚ। ਅੱਛਾ ਜੀ। ਊਧਮ ਸਿੰਘ ਆਖਦਾ ਹੈ, ਉਹ ਡਾਂਗਾ ਮਾਰਨ ਵਾਲਿਆ ਭੈਣਾਂ ਦੇ ਆ ਵੀਰਾ, ਤੇਰੀ ਜਾਨ ਨੂੰ ਪਈਆਂ ਰੋਂਦੀਆਂ ਪੰਜਾਬੀ ਹੀਰਾਂ, ਤੈਂ ਗੋਲੀਆਂ ਅੱਗੇ ਭੁੰਨੀਆਂ ਲੱਖਾਂ ਤਕਦੀਰਾਂ, ਮੈਨੂੰ ਤਾਨੇ ਦਿੱਤੇ ਸੋਹਣਿਆ ਮੇਰੇ ਜੰਡ ਕਰੀਰਾਂ, ਤੂੰ ਕੀਤੀ ਪੱਤ ਪੰਜਾਬ ਦੀ ਸੀ ਲੀਰਾਂ ਲੀਰਾਂ, ਤੈਨੂੰ ਗਲੀਆਂ ਦੇ ਵਿੱਚ ਭਾਲਦੇ ਖੰਡੇ ਸ਼ਮਸ਼ੀਰਾਂ, ਤੈਨੂੰ ਗਲੀਆਂ ਦੇ ਵਿੱਚ ਭਾਲਦੇ ਖੰਡੇ ਸ਼ਮਸ਼ੀਰਾਂ। ਜਦੋਂ ਕਿਸੇ ਕੰਮ ਨੂੰ ਕੋਈ ਵੀ ਗੱਭਰੂ ਪੱਕਾ ਇਰਾਦਾ ਕਰਕੇ ਤੁਰ ਪਵੇ ਨਾ, ਤਾਂ ਫਿਰ ਅੜਦਾ ਨੀ ਕੰਮ ਉਹ। ਊਧਮ ਸਿੰਘ ਆਖਦਾ, ਮੈਂ ਸੌ ਸ਼ੇਰੇ ਪੰਜਾਬ ਦੀ ਅੱਜ ਖਾ ਕੇ ਆਇਆ, ਉਹ ਮੈਂ ਗੀਤ ਸਰਾਬੇ ਵੀਰ ਦਾ ਅੱਜ ਗਾ ਕੇ ਆਇਆ, ਮੈਂ ਆਪਣੇ ਘਰ ਨੂੰ ਜੰਦਰੇ ਅੱਜ ਲਾ ਕੇ ਆਇਆ, ਉਹ ਮੈਂ ਸੁਧਾ ਸਰ ਵਿੱਚ ਸੋਹਣਿਆ ਅੱਜ ਨਹਾ ਕੇ ਆਇਆ, ਉਹ ਮੈਂ ਲਛਮਣ ਸਿੰਘ ਦੇ ਜੰਡ ਨੂੰ ਸੁਣਵਾ ਕੇ ਆਇਆ, ਮੈਂ ਜੱਲਿਆਂ ਵਾਲੇ ਬਾਗ ਨੂੰ ਸਮਝਾ ਕੇ ਆਇਆ, ਮੈਂ ਸੁਧਾ ਸਰ ਵਿੱਚ ਸੋਹਣਿਆ ਅੱਜ ਨਹਾ ਕੇ ਆਇਆ ਤੇ ਖੂਨ ਦਾ ਬਦਲਾ ਖੂਨ ਵਿੱਚ ਮਨਵਾ ਕੇ ਆਇਆ।
ਜੀ ਉਹ ਵੀ ਕਿਸੇ ਦੇ ਪੁੱਤ ਸੀ ਕਵਿਤਾ ਬੜੀ ਹਰਪ੍ਰੀਤ ਜੀ ਉਹ ਵੀ ਕਿਸੇ ਦੇ ਪੁੱਤ ਸੀ ਜੋ ਡਾਂਗਾ ਪੰਨੇ ਜੀ ਓਏ ਖੂਨੋ ਖੂਨ ਸੀ ਚੋ ਗਿਆ ਕਿਸੇ ਫੱਟ ਨਾ ਬੰਨੇ ਤੂੰ ਬੰਦੇ ਪੀੜੇ ਇਸ ਤਰ੍ਹਾਂ ਜਿਉ ਕੱਚੇ ਗੰਨੇ ਤੈਨੂੰ ਦਿਸਿਆ ਨਹੀਂ ਪੰਜਾਬ ਸੀਗਾ ਓਏ ਅਕਲ ਦੇ ਅੰਨੇ ਇਹ ਭਰ ਭਰ ਪੀਂਦੇ ਰਾਤ ਦਿਨ ਦੁੱਧਾਂ ਦੇ ਛੰਨੇ ਇਸ ਕੌਮ ਦੇ ਨੀਹਾਂ ਵਿੱਚ ਚੁਣੇ ਗਏ ਨੰਨੇ ਨੰਨੇ ਇਸ ਕੌਮ ਦੇ ਨੀਹਾਂ ਵਿੱਚ ਚੁਣੇ ਗਏ ਨੰਨੇ ਨੰਨੇ ਓਏ ਮੈਂ ਖੇਤਾਂ ਵਾਲਾ ਜਾਟਾ ਮੈਨੂੰ ਦੁਨੀਆਂ ਮੰਨੇ ਅੱਜ ਦੱਸਾਂਗਾ ਕੰਚੂਰੀ ਦਾ ਤੈਨੂੰ ਬੰਨੇ ਬੰਨੇ ਠੀਕ ਹੈ ਅੱਜ ਦੱਸਾਂਗਾ ਕੰਚੂਰੀ ਦਾ ਤੈਨੂੰ ਬੰਨੇ ਬੰਨੇ ਊਧਮ ਸਿੰਘ ਆਖਦਾ ਵੀ ਤੈਨੂੰ ਜੇ ਨਹੀਂ ਸੀ ਪਤਾ ਸਾਡਾ ਇਤਿਹਾਸ ਪੜ੍ਹਨਾ ਸੀ ਸਾਡੀ ਹਿਸਟਰੀ ਪੜ੍ਹਨੀ ਸੀ ਅਸੀਂ ਕੌਣ ਲੋਕ ਆ ਜੀ ਪਰ ਤੱਕ ਲੈਣਾ ਸੀ ਕਿਸ ਤਰ੍ਹਾਂ ਨਾਦਰ ਨਾਲ ਬੀਤੀ ਤੂੰ ਪੜ੍ਹ ਲੈਣਾ ਸੀ ਕਿਸ ਤਰ੍ਹਾਂ ਜਮਰਾਉ ਚ ਕੀਤੀ ਤੂੰ ਬਚ ਕੇ ਆ ਗਿਓ ਬਿੱਲਿਆ ਤੇਰੀ ਚੰਗੀ ਨੀਤੀ ਸਾਡੀ ਰਹਿ ਗਈ ਵਿੱਚ ਮਿਆਨ ਦੇ ਹਾਏ ਭਰੀ ਤੇ ਪੀਤੀ ਸਾਡੀ ਰਹਿ ਗਈ ਵਿੱਚ ਮਿਆਨ ਦੇ ਹਾਏ ਭਰੀ ਤੇ ਪੀਤੀ ਜੀ ਕੱਲੇ ਬੰਦੇ ਨੂੰ ਬਹੁਤੇ ਪੈ ਜਾਣ ਬਹਾਦਰੀ ਨਹੀਂ ਕਿਹਾ ਜਾਂਦਾ ਠੀਕ ਪਰ ਕੱਲਾ ਬੰਦਾ ਪ੍ਰਦੇਸ਼ ਚ ਆ ਕੇ ਸਾਰੇ ਮੁਲਕ ਤੇ ਭਾਰੂ ਹੋ ਜੂਏ ਫੇਰ ਕਿਹਾ ਜਾਂਦਾ ਕਿਸੇ ਸ਼ੇਰ ਦਾ ਪੁੱਤ ਹੈ ਬਿਲਕੁਲ ਪਰ ਅੱਜ ਕੱਲ ਹੈ ਸਾਰੇ ਘਰੋ ਘਰੀ ਸ਼ੇਰਾਂ ਦੇ ਪਰ ਉਹ ਕੰਮਾਂ ਤੋਂ ਪਤਾ ਲੱਗਦਾ ਕੰਮ ਕਿਹੜੇ ਸ਼ੇਰਾਂ ਵਾਲੇ ਕਰਦੇ ਨੇ ਸਊਦਮ ਸਿੰਘ ਆਖਦਾ ਓਏ ਪੰਜ ਦਰਿਆ ਦੇ ਪਾਣੀਆਂ ਨਹੀਂ ਲਾਜ ਲਵਾਣੀ ਪੰਜ ਦਰਿਆ ਦੇ ਪਾਣੀਆਂ ਨਹੀਂ ਲਾਜ ਲਵਾਣੀ ਮੈਂ ਕੱਲਾ ਤੇਰੇ ਸ਼ਹਿਰ ਵਿੱਚ ਅੱਜ ਤੇਰਾ ਹਾਣੀ ਓਏ ਫੇਰ ਨਾ ਕੀ ਮਾਰ ਗਈ ਮੁੰਡਿਆਂ ਦੀ ਢਾਣੀ ਕੀ ਯਾਦ ਕਰੇਗਾ ਬਿੱਲਿਆ ਪੰਜਾਬ ਦੇ ਪਾਣੀ ਤੈਨੂੰ ਚੜ ਕੇ ਡੋਬੜੇ ਆ ਗਏ ਇੰਗਲੈਂਡ ਦੇ ਤਾਣੀ ਤੇਰੇ ਬੱਚੇ ਪੜਿਆ ਕਰਨਗੇ ਤੇਰੀ ਮੌਤ ਕਹਾਣੀ ਅੱਛਾ ਜੀ ਤੇਰੇ ਬੱਚੇ ਪੜਿਆ ਕਰਨਗੇ ਤੇਰੀ ਮੌਤ ਕਹਾਣੀ ਇਹ ਕਹਿ ਪੁੱਤ ਪੰਜਾਬ ਦਾ ਝੱਟ ਰੋਹ ਵਿੱਚ ਆਇਆ ਕਾਲ ਦੇ ਪੁੱਤ ਪਸਤੌਲ ਦੇ ਹੱਥ ਕਬਜ਼ੇ ਪਾਇਆ ਬਈ ਭਰੀ ਸਭਾ ਵਿੱਚ ਉਸਨੇ ਜਰਵਾਣਾ ਢਾਇਆ ਕਹਿੰਦਾ ਜਲਿਆ ਵਾਲੇ ਬਾਗ ਦਾ ਅੱਜ ਬਦਲਾ ਲਾਇਆ ਇਹਦਾ ਸਿਰ ਦੀ ਬਾਜ਼ੀ ਲਾ ਕੇ ਉਹਨੇ ਸਫ਼ਰ ਮੁਕਾਇਆ ਇਹਦਾ ਸਿਰ ਦੀ ਬਾਜ਼ੀ ਲਾ ਕੇ ਉਹਨੇ ਸਫ਼ਰ ਮੁਕਾਇਆ ਬਹੁਤ ਖੂਬ ਬਿਲਕੁਲ ਜੀ ਇਤਿਹਾਸ ਦੇ ਜਦੋਂ ਅਸੀਂ ਫਰੋਲਦੇ ਹਾਂ ਤਾਂ ਉਸਦੇ ਵਿੱਚ ਜੋ ਸਾਡੇ ਸ਼ਹੀਦਾਂ ਦਾ ਯੋਗਦਾਨ ਹੈ ਉਹ ਜ਼ਰੂਰ ਤੁਹਾਨੂੰ ਕੁਛ ਨਾ ਕੁਛ ਮੋਟੀਵੇਸ਼ਨ ਕਰਦਾ ਇੱਕ ਸਹੀ ਸੇਧ ਦਿੰਦਾ ਹੈ ਉਹ ਮਿਲਦੀ ਹੈਗੀ ਹੈ ਪਰ ਅੱਜ ਅਸੀਂ ਅਗੇਨ ਜਦੋਂ ਅੱਜ ਦੇ ਸੰਦਰਭ ਵਿੱਚ ਦੇਖੀਏ ਤਾਂ ਅੱਜ ਹਾਲਾਤ ਬਦਲ ਗਏ ਹੈਗੇ ਨੇ ਊਧਮ ਸਿੰਘ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਉਸ ਸਮੇਂ ਉਹ ਇੱਕ ਅੱਤਵਾਦੀ ਘੋਸ਼ਿਤ ਕੀਤਾ ਗਿਆ ਸਰਕਾਰ ਵੱਲੋਂ ਕਿਉਂਕਿ ਜਿਸ ਸਮੇਂ ਦੀ ਸਰਕਾਰ ਹੁੰਦੀ ਹੈ ਅੱਜ ਉਸਨੂੰ ਅਸੀਂ ਸ਼ਹੀਦ ਮੰਨਦੇ ਹੈਗੇ ਸੋ ਇਸੇ ਤਰੀਕੇ ਨਾਲ ਇਹ ਜਦੋਂ ਤੁਸੀਂ ਲਿਖਦੇ ਹੋ ਤੁਹਾਡਾ ਕੀ ਮਕਸਦ ਕੀ ਹੁੰਦਾ ਇਹ ਚੀਜ਼ਾਂ ਲਿਖਣ ਦਾ ਕਿ ਲੋਕਾਂ ਨੂੰ ਕਿਸ ਚੀਜ਼ ਨਾਲ ਜੋੜਿਆ ਜਾਵੇ ਉਹਨੂੰ ਚੇਤਾ ਰਖਾਇਆ ਜਾਵੇ ਉਸ ਗੱਲ ਦਾ ਕਿ ਸਾਡੇ ਤੇ ਕਿੰਨੇ ਜ਼ੁਲਮ ਹੋਏ ਆ ਤਾਂ ਉਹਨਾਂ ਜ਼ੁਲਮਾਂ ਨੂੰ ਬਦਲਾ ਲੈਣ ਵਾਸਤੇ ਕਿੱਦਾਂ ਸਾਡੇ ਵਿੱਚੋਂ ਗਬਰੂ ਉੱਠੇ ਜੀ ਜਿਨ੍ਹਾਂ ਨੇ ਆਪਣਾ ਆਪ ਮਾਰ ਦਿੱਤਾ ਠੀਕ ਤੇ ਜੇ ਜਿਹੜੇ ਭਾਵ ਆਜ਼ਾਦੀ ਮੁੱਲ ਲਈ ਹੈ ਤੇ ਉਹਦਾ ਮੁੱਲ ਤਾਰਨਾ ਵੀ ਸਿਰ ਦੇ ਕੇ ਬੈਠ ਦਿੰਦਾ ਠੀਕ ਹੈ ਪਰ ਅੱਜ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਜਦੋਂ ਅਸੀਂ ਦੇਖਦੇ ਹਾਂ ਕਿ ਅੱਜ ਨੌਜਵਾਨ ਪੀੜ੍ਹੀ ਦੇ ਵਿੱਚ ਇਹ ਮੈਸੇਜ ਜੋ ਹੈਗਾ ਹੈ ਉਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹ ਮੈਸੇਜ ਲਿਜਾਇਆ ਜਾਏ ਤੇ ਕਿਸ ਤਰੀਕੇ ਨਾਲ ਉਸ ਨੂੰ ਫੋਕਸ ਕੀਤਾ ਜਾਏ ਇਹ ਦੇਖੋ ਜੀ ਤਾਂ ਸਰਕਾਰਾਂ ਤੇ ਡਿਪੈਂਡ ਕਰਦਾ ਸਰਕਾਰਾਂ ਜਿੱਦਾਂ ਦੀ ਤਸਵੀਰ ਲੋਕਾਂ ਨੂੰ ਦਿਖਾਲਣਗੀਆਂ ਲੋਕਾਂ ਦੇ ਮਨ ਤੇ ਉਦਾਂ ਦਾ ਅਸਰ ਹੋਊਗਾ ਜੀ ਜੇ ਉਹਨਾਂ ਨੂੰ ਅੱਤਵਾਦੀ ਘੋਸ਼ਿਤ ਕਰ ਗਏ ਤਾਂ ਅੱਤਵਾਦੀ ਹੋਣਗੇ ਜੇ ਲੋਕਾਂ ਦੇ ਦਿਲਾਂ ਦੇ ਰਾਜ ਕਰਨ ਵਾਲੇ ਹੋਣਗੇ ਤਾਂ ਦਿਲੋਂ ਲੋਕਾਂ ਦੇ ਸਾਹਿਬਜ਼ਾਦੇ ਹੋਣਗੇ ਰਾਈਟ ਲੈਣੇ ਜੀ ਇੱਕ ਬ੍ਰੇਕ ਵਾਪਸ ਆ ਕੇ ਗੱਲਬਾਤ ਕਰਾਂਗੇ ਵੇਖਦੇ ਰਹੋ ਦਾ ਹਰਪ੍ਰੀਤ ਸਿੰਘ ਸ਼ੋਅ ਇਸ ਬ੍ਰੇਕ ਤੋਂ ਬਾਅਦ ਵਾਪਸ ਆ ਰਹੇ ਹਾਂ ਟਰੱਕ ਪ੍ਰੋਰੇਟ ਕਾਰਗੋ ਕਮਰਸ਼ੀਅਲ ਆਟੋ ਹੋਮ ਟਰੈਵਲ ਅਤੇ ਲਾਈਫ ਇੰਸ਼ੋਰੈਂਸ ਕਰਵਾਉਣ ਲਈ AMC ਇੰਸ਼ੋਰੈਂਸ ਦੀਆਂ ਤਜਰਬੇਕਾਰ ਸੇਵਾਵਾਂ ਲਓ ਅੱਜ ਹੀ ਕਾਲ ਕਰੋ 604-507-6866 ਤੇ ਟ੍ਰੇਨਡ ਪ੍ਰੋਫੈਸ਼ਨਲਸ ਤੁਹਾਡੀ ਜ਼ਰੂਰਤਾਂ ਦੇ ਮੁਤਾਬਿਕ ਤੁਹਾਨੂੰ ਸਲਾਹ ਦੇਣਗੇ ਅਤੇ ਬਹੁਤ ਹੀ ਵਾਜਿਬ ਇੰਸ਼ੋਰੈਂਸ ਪਲਾਨ ਬਣਾਉਣ ਵਿੱਚ ਤੁਹਾਡੀ ਮਦਦ ਕਰਨਗੇ ਤਿੰਨ ਲੋਕੇਸ਼ਨ ਸਰੀ ਲੈਂਗਲੀ ਅਤੇ ਕੁਕਿਟਲਮ ਅੱਜ ਹੀ ਕਾਲ ਕਰੋ 604-507-6666 AMC ਇੰਸ਼ੋਰੈਂਸ ਅ ਨੇਮ ਯੂ ਕੈਨ ਟਰੱਸਟ Super Deal Furniture Mattress Warehouse. Looking for high quality furniture and mattresses that suit your style, taste and home decor at affordable prices? Then look no further. Super Deal. Whether helping you find the right dining room, living room or bedroom suite, we'll give your home a modern look and feel. Super Deal Furniture Mattress Warehouse. ਫਰੰਟੀਅਰ ਵੇਅਰਹਾਊਸ ਸੇਲ ਨੇ ਹਰ ਪਾਸੇ ਪਾਈ ਹੋਈ ਹੈ ਧੂਮ ਲੈ ਕੇ ਜਾਓ ਹਰ ਤਰ੍ਹਾਂ ਦੇ ਕੱਪੜੇ ਬ੍ਰਾਈਡ ਹੋਵੇ ਜਾਂ ਗਰੂਮ ਪਾਰਟੀ ਵੇਅਰ ਵੈਡਿੰਗ ਜਾਂ ਰੈਗੂਲਰ ਸੂਟਸ ਸਾੜੀਆਂ ਲਹਿੰਗੇ ਖੁੱਲ੍ਹਾ ਕੱਪੜਾ ਬੱਚਿਆਂ ਤੇ ਮਰਦਾਂ ਦੇ ਕੱਪੜੇ ਬਹੁਤ ਹੀ ਘੱਟ ਘੱਟ ਕੀਮਤਾਂ ਤੇ ਫਰੰਟੀਅਰ ਵੇਅਰਹਾਊਸ ਯੂਨਿਟ 105-8140 ਸਕਾਟ ਰੋਡ ਸਰੀ ਫੋਨ 604-325-4424
ਅਲਫਾ ਮੋਰਗੇਜ ਲੰਬੇ ਸਮੇਂ ਤੋਂ ਭਾਈਚਾਰੇ ਵਿੱਚ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਆ ਰਹੇ ਹਨ। ਘਰ ਲਈ, ਕਮਰਸ਼ੀਅਲ ਜਾਂ ਫਾਰਮ ਲੈਂਡ ਲਈ ਸੁਖ ਪੱਟੀ 604-765-4023। ਡਿਵੈਲਪਰਸ ਅਤੇ ਬਿਲਡਰਸ ਲਈ ਪ੍ਰਾਈਵੇਟ ਮੋਰਗੇਜ ਵੀ ਉਪਲਬਧ ਹੈ। ਅੱਜ ਹੀ ਕਾਲ ਕਰੋ ਅਲਫਾ ਮੋਰਗੇਜ ਦੇ ਸੁਖ ਪੱਟੀ ਨੂੰ 604-765-4023। ਘਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ। ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ। ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ। ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ, ਡਰੇਪਰੀ ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਅਸੈਸਰੀਜ਼ ਤੱਕ, ਤੁਸੀਂ ਐਸ ਕੇ ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ। ਕੰਟੈਕਟ ਕਰੋ ਸੰਦੀਪ ਕੌਰ 604-825-9295। ਬੀ ਨੈਚੁਰਲ ਲੈ ਕੇ ਆਏ ਨੇ ਸ਼ੂਗਰ ਲਈ ਜਾਮਨ ਦਾ ਜੂਸ, ਇਮਿਊਨਿਟੀ ਵਧਾਉਣ ਲਈ ਆਮਲਾ ਤੇ ਯਾਦਦਾਸ਼ਤ ਵਧਾਉਣ ਲਈ ਬ੍ਰਹਮੀ ਦਾ ਜੂਸ। ਹਜ਼ਾਰਾਂ ਸਾਲਾਂ ਤੋਂ ਭਾਰਤ ਵਿੱਚ ਜੜੀ ਬੂਟੀਆਂ ਦੀ ਵਰਤੋਂ ਸਿਹਤ ਲਈ ਕੀਤੀ ਜਾਂਦੀ ਹੈ। ਕਿਸੇ ਵੀ ਭਾਰਤੀ ਸਟੋਰ ਤੋਂ ਅੱਜ ਹੀ ਖਰੀਦੋ 1-877-710-8081 ਜਾਂ ਫਿਰ 604-507-3300। ਆਪਣੇ ਰਿਸ਼ਤੇਦਾਰਾਂ ਜਾਂ ਦੋਸਤਾਂ ਨੂੰ ਸਹੀ ਤਰੀਕੇ ਨਾਲ ਕੈਨੇਡਾ ਲਿਆਓ। ਅਲਟੀਮੇਟ ਇਮੀਗ੍ਰੇਸ਼ਨ ਸੋਲਿਊਸ਼ਨਸ ਦੇ ਸਰਟੀਫਾਈਡ ਕੰਸਲਟੈਂਟਸ ਨੂੰ ਮਿਲੋ। ਇਹ ਆਪਣੇ ਲੰਬੇ ਤਜਰਬੇ ਨਾਲ ਪੰਜਾਬੀ, ਹਿੰਦੀ ਅਤੇ ਉਰਦੂ ਵਿੱਚ ਤੁਹਾਡੇ ਇਮੀਗ੍ਰੇਸ਼ਨ ਦੇ ਮਸਲਿਆਂ ਲਈ ਮੁਫਤ ਸਲਾਹ ਦੇਣਗੇ। ਅਪੁਆਇੰਟਮੈਂਟ ਲਈ ਅੱਜ ਹੀ ਕਾਲ ਕਰੋ 604-726-2233 604-726-2233। ਇੱਕ ਵਾਰ ਫਿਰ ਕਰਦਾ ਹਾਂ ਜੀ ਆਪ ਸਭ ਦਾ ਹਾਰਦਿਕ ਸਵਾਗਤ ਅੱਜ ਦੇ ਇਸ ਪ੍ਰੋਗਰਾਮ ਵਿੱਚ, ਜਿੱਥੇ ਇਤਿਹਾਸ ਤੁਹਾਨੂੰ ਜਾਣੂ ਕਰਵਾਇਆ ਜਾ ਰਿਹਾ। ਨਾਲ ਹੀ ਦਲਜੀਤ ਸਿੰਘ ਕਲਿਆਣਪੁਰੀ ਜੀ ਨੇ ਹੋਰ ਵੀ ਕਾਫੀ ਚੀਜ਼ਾਂ ਗਾਈਆਂ ਨੇ, ਉਹਦੇ ਵਿੱਚੋਂ ਗਜ਼ਲਨਾਮੇ ਹਨ। ਆਓ ਉਹ ਉਹਨਾਂ ਕੋਲੋਂ ਤੁਹਾਡੇ ਨਾਲ ਕੁਝ ਸ਼ੇਅਰ ਕਰਦੇ ਹਾਂ ਜੋ ਕਿ ਸਾਡੇ ਆਲੇ ਦੁਆਲੇ ਜੋ ਕੁਝ ਹੁੰਦਾ ਉਸ ਦੇ ਬਾਰੇ ਸਾਨੂੰ ਦੱਸਣਗੇ ਜੀ। ਇਹ ਹਰਪ੍ਰੀਤ ਜੀ ਗਜ਼ਲ ਨਮਾ ਗੀਤ ਹੈ, ਚਰਨ ਸਿੰਘ ਜੀ ਸਫਰੀ ਵਾਲਾ ਦਾ ਲਿਖਿਆ ਹੈ। ਓਕੇ, ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਮੈਂ ਲਿਖਦਾ ਬਹੁਤ ਘੱਟ ਹੈ, ਪਰ ਮੈਂ ਪੜ੍ਹਦਾ ਬਥੇਰਾ ਜਾਂਦਾ। ਠੀਕ ਹੈ ਜੀ। ਬਾਗਾਂ ਦੇ ਵਿੱਚ ਫੁੱਲ ਹਜ਼ਾਰਾਂ, ਬਾਗਾਂ ਦੇ ਵਿੱਚ ਫੁੱਲ ਹਜ਼ਾਰਾਂ, ਹੱਥ ਅਸਾਂ ਦਾ ਛੋਇਆ ਨਾ ਜੀ, ਲੱਖ ਕੰਡੇ ਮੇਰੇ ਪੋਟੀ ਪੁੱਟ ਗਏ, ਇੱਕ ਫੁੱਲ ਸਾਡਾ ਹੋਇਆ ਨਾ। ਬਾਗਾਂ ਦੇ ਵਿੱਚ ਫੁੱਲ ਹਜ਼ਾਰਾਂ, ਹੱਥ ਅਸਾਂ ਦਾ ਛੋਇਆ ਨਾ, ਲੱਖ ਕੰਡੇ ਮੇਰੇ ਪੋਟੀ ਪੁੱਟ ਗਏ, ਇੱਕ ਫੁੱਲ ਸਾਡਾ ਹੋਇਆ ਨਾ। ਖੱਪ ਖੱਪ ਮੋਏ ਲੋਕ ਸਿਆਣੇ, ਖੱਪ ਖੱਪ ਮੋਏ ਲੋਕ ਸਿਆਣੇ, ਮਰਜ਼ ਕਲੇਜੇ ਦੀ ਕੋਈ ਨਾ ਜਾਣੇ, ਸੌ ਵੈਦਾਂ ਮੇਰੀ ਨਬਜ਼ ਪਛਾਣੀ, ਜਿਗਰ ਕਿਸੇ ਦੇ ਟੋਇਆ ਨਾ, ਪਰ ਇੱਕ ਫੁੱਲ ਸਾਡਾ ਹੋਇਆ ਨਾ। ਵਿਕਣ ਲੱਗੇ ਜਦ ਨੈਣ ਕੁਆਰੇ, ਅਣਪੋਲ ਉਮਰ ਹੈ ਜਦ ਜੀ, ਵਿਕਣ ਲੱਗੇ ਜਦ ਨੈਣ ਕੁਆਰੇ, ਭੱਜ ਭੱਜ ਆਏ ਲੱਖ ਵਣਜਾਰੇ। ਵਿਕਣ ਲੱਗੇ ਜਦ ਨੈਣ ਕੁਆਰੇ, ਭੱਜ ਭੱਜ ਆਏ ਲੱਖ ਵਣਜਾਰੇ, ਜਦ ਹੰਝੂਆਂ ਦਾ ਹੋਕਾ ਮਿਲਿਆ, ਇੱਕ ਵੀ ਗਾਹਕ ਖਲੋਇਆ ਨਾ, ਪਰ ਇੱਕ ਫੁੱਲ ਸਾਡਾ ਹੋਇਆ ਨਾ। ਅਸੀਂ ਵਿਦਾ ਉਹਦੀ ਨਗਰੀ ਚ ਹੋਏ, ਅਸੀਂ ਵਿਦਾ ਉਹਦੀ ਨਗਰੀ ਚ ਹੋਏ, ਗਲੀਆਂ ਦੇ ਸਾਨੂੰ ਕੱਖ ਵੀ ਰੋਏ, ਜਿਸ ਬਦਲੇ ਉਮਰਾਂ ਪਰ ਰੋਇਆ ਲਾਸ਼ ਮੇਰੀ ਤੇ ਰੋਇਆ ਨਾ, ਇੱਕ ਫੁੱਲ ਸਾਡਾ ਹੋਇਆ ਨਾ। ਇੱਕ ਸ਼ਾਇਰ ਨੂੰ ਕੋਲ ਬੁਲਾ ਕੇ ਜੀ, ਇੱਕ ਸ਼ਾਇਰ ਨੂੰ ਕੋਲ ਬੁਲਾ ਕੇ ਜ਼ਹਿਰ ਦਿੱਤਾ ਹਾਏ ਖੰਡ ਵਿੱਚ ਪਾ ਕੇ, ਤੜਪਿਆ ਰਾਤ ਬਥੇਰਾ ਸਫਰੀ, ਬਦਕਿਸਮਤ ਫੇਰ ਵੀ ਮੋਇਆ ਨਾ, ਪਰ ਇੱਕ ਫੁੱਲ ਸਾਡਾ ਹੋਇਆ ਨਾ। ਬਾਗਾਂ ਦੇ ਵਿੱਚ ਫੁੱਲ ਹਜ਼ਾਰਾਂ, ਹੱਥ ਅਸਾਂ ਦਾ ਛੋਇਆ ਨਾ, ਲੱਖ ਕੰਡੇ ਮੇਰੇ ਪੋਟੀ ਪੁੱਟ ਗਏ, ਇੱਕ ਫੁੱਲ ਸਾਡਾ ਹੋਇਆ ਨਾ, ਇੱਕ ਫੁੱਲ ਸਾਡਾ ਹੋਇਆ। ਬਹੁਤ ਖੂਬ ਜੀ, ਬਹੁਤ ਹੀ ਵਧੀਆ ਜੀ। ਸੋ ਇਹ ਜਿਹੜੀਆਂ ਚੀਜ਼ਾਂ ਜੀ ਅਖੀਰ ਵਿੱਚ ਜੋ ਤੁਸੀਂ ਲਿਖਦੇ ਹੈਗੇ ਹੋ, ਕਿਸ ਚੀਜ਼ ਤੋਂ ਪ੍ਰੇਰਣਾ ਮਿਲਦੀ ਹੈ ਤੁਹਾਨੂੰ ਜਦੋਂ ਤੁਸੀਂ, ਕਿਉਂਕਿ ਤੁਸੀਂ ਲਿਖਦੇ ਤਾਂ ਨਹੀਂ, ਸਿਰਫ ਤੁਸੀਂ ਇਸ ਨੂੰ ਗਾਉਂਦੇ ਹੋ, ਕਲੈਕਸ਼ਨ ਜਿਹੜੀ ਹੈਗੀ ਹੈ, ਕਿਉਂਕਿ ਅੱਜ ਸਿਹਤ ਵੀ ਜਿਹੜਾ ਹੈਗਾ ਜੀ, ਤੁਸੀਂ ਜਦੋਂ ਚੁਣਦੇ ਹੋ ਬਹੁਤ ਜ਼ਿਆਦਾ ਸਿਹਤ ਹੈ, ਇਸ ਦੇ ਵਿੱਚ ਇੰਨੀ ਵਰਾਇਟੀ ਹੈਗੀ ਹੈ, ਸੋ ਉਹਨੂੰ ਕਿਵੇਂ ਸੀਮਤ ਕਰਕੇ ਤੁਸੀਂ ਕਿਹੜੀ ਚੀਜ਼ ਨੂੰ ਫੋਕਸ ਕਰਕੇ ਪੜ੍ਹਦੇ ਹੋ? ਇਹ ਤਾਂ ਜੀ ਤੁਹਾਡੀ ਆਪਣੇ ਮਨ ਦੀ ਜਿਹੜੀ ਚੋਇਸ ਹੈ। ਹੁਣ ਜਿੱਦਾਂ ਸਮੁੰਦਰ ਹੈ, ਉਹਦੇ ਵਿੱਚ ਸਾਹਿਤਕ ਬਹੁਤ ਵੱਡਾ ਸਮੁੰਦਰ ਹੈ ਜੀ, ਇਹਦੇ ਵਿੱਚ ਜੇ ਜਿਹੜਾ ਹੰਸ ਹੈ ਉਹਨੇ ਮੋਤੀ ਚੁਗਣੇ ਵਿੱਚੋਂ, ਠੀਕ ਹੈ, ਜਿਹੜੇ ਕੱਛੂ ਆ ਉਹਨੇ ਕੁਛ ਆਪਣਾ ਲੱਭਣਾ, ਇਹ ਤੁਹਾਡੀ ਆਪਣੀ ਨਜ਼ਰ ਆ ਜੀ। ਸੋ ਮੇਰੀ ਨਜ਼ਰ ਦੇ ਨਾਲ ਜਿੱਦਾਂ ਮੈਂ ਦੇਖਦਾ, ਮੈਂ ਚਾਹੁੰਦਾ ਹੁੰਦਾ ਵੀ ਜੇ ਉਸ ਕਵਿਤਾ ਦੇ ਵਿੱਚ ਕੋਈ ਕਵਿਤਾ ਵਾਲੀ ਗੱਲ ਹੋਵੇ ਜੀ,
ਕਵਿਤਾ ਕਵਿਤਾ ਵਾਲੀ ਗੱਲ ਹੋਵੇ ਫਿਰ ਗੱਲ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇੱਥੇ ਆ ਕੇ ਸਾਡੇ ਨਾਲ। ਥੈਂਕ ਯੂ ਜੀ ਹਰਪ੍ਰੀਤ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਘਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ। ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ। ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ। ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ, ਡਰੇਪਰੀ ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਅਸੈਸਰੀਜ਼ ਤੱਕ, ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ। ਕੰਟੈਕਟ ਕਰੋ ਸੰਦੀਪ ਕੌਰ 604-825-9295। ਬੀ ਨੈਚੁਰਲ ਲੈ ਕੇ ਆਏ ਨੇ ਸ਼ੂਗਰ ਲਈ ਜਾਮੁਨ ਦਾ ਜੂਸ, ਇਮਿਊਨਿਟੀ ਵਧਾਉਣ ਲਈ ਆਮਲਾ ਤੇ ਯਾਦਦਾਸ਼ਤ ਵਧਾਉਣ ਲਈ ਬ੍ਰਹਮੀ ਦਾ ਜੂਸ। ਹਜ਼ਾਰਾਂ ਸਾਲਾਂ ਤੋਂ ਭਾਰਤ ਵਿੱਚ ਜੜੀ ਬੂਟੀਆਂ ਦੀ ਵਰਤੋਂ ਸਿਹਤ ਲਈ ਕੀਤੀ ਜਾਂਦੀ ਹੈ। ਕਿਸੇ ਵੀ ਭਾਰਤੀ ਸਟੋਰ ਤੋਂ ਅੱਜ ਹੀ ਖਰੀਦੋ 1-877-710-8081 ਜਾਂ ਫਿਰ 604-507-3300। ਐਲਫਾ ਮੋਰਗੇਜ ਲੰਬੇ ਸਮੇਂ ਤੋਂ ਭਾਈਚਾਰੇ ਵਿੱਚ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਆ ਰਹੇ ਹਨ। ਘਰ ਲਈ, ਕਮਰਸ਼ੀਅਲ ਜਾਂ ਫਾਰਮ ਲੈਣ ਲਈ ਸੁਖ ਪੱਟੀ 604-765-4023। ਡਿਵੈਲਪਰਸ ਅਤੇ ਬਿਲਡਰਸ ਲਈ ਪ੍ਰਾਈਵੇਟ ਮੋਰਗੇਜ ਵੀ ਉਪਲਬਧ ਹੈ। ਅੱਜ ਹੀ ਕਾਲ ਕਰੋ ਐਲਫਾ ਮੋਰਗੇਜ ਦੇ ਸੁਖ ਪੱਟੀ ਨੂੰ 604-765-4023। ਟਰੱਕ, ਪ੍ਰੋਰੇਟ, ਕਾਰਗੋ, ਕਮਰਸ਼ੀਅਲ, ਆਟੋ, ਹੋਮ, ਟਰੈਵਲ ਅਤੇ ਲਾਈਫ ਇੰਸ਼ੋਰੈਂਸ ਕਰਵਾਉਣ ਲਈ AMC ਇੰਸ਼ੋਰੈਂਸ ਦੀਆਂ ਤਜਰਬੇਕਾਰ ਸੇਵਾਵਾਂ ਲਓ। ਅੱਜ ਹੀ ਕਾਲ ਕਰੋ 604-507-6666 'ਤੇ। ਟ੍ਰੇਨਡ ਪ੍ਰੋਫੈਸ਼ਨਲਸ ਤੁਹਾਡੀ ਜ਼ਰੂਰਤਾਂ ਦੇ ਮੁਤਾਬਿਕ ਤੁਹਾਨੂੰ ਸਲਾਹ ਦੇਣਗੇ ਅਤੇ ਬਹੁਤ ਹੀ ਵਾਜਿਬ ਇੰਸ਼ੋਰੈਂਸ ਪਲਾਨ ਬਣਾਉਣ ਵਿੱਚ ਤੁਹਾਡੀ ਮਦਦ ਕਰਨਗੇ। 3 ਲੋਕੇਸ਼ਨ ਸਰੀ, ਲੈਂਗਲੀ ਅਤੇ ਕੁਕੇਟਲਮ। ਅੱਜ ਹੀ ਕਾਲ ਕਰੋ 604-507-6666। AMC ਇੰਸ਼ੋਰੈਂਸ, ਅ ਨੇਮ ਯੂ ਕੈਨ ਟਰੱਸਟ। ਨੋਟਰੀ ਪਬਲਿਕ ਰਾਜਦੀਪ ਸਿੰਘ ਰੰਧਾਵਾ ਇੰਡੀਆ ਤੇ ਕੈਨੇਡਾ ਤੋਂ ਉੱਚ ਸਿੱਖਿਆ ਪ੍ਰਾਪਤ ਹਨ। ਦੋਸਤਾਨਾ ਮਾਹੌਲ ਵਿੱਚ ਤੁਸੀਂ ਆਪਣੇ ਹਰ ਤਰ੍ਹਾਂ ਦੇ ਨੋਟਰੀ ਦੇ ਕੰਮ ਕਰਵਾ ਸਕਦੇ ਹੋ। ਰਾਜਦਾਰੀ ਹੋਵੇ, ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਜਾਂ ਮਾਰਗੇਜ ਰਜਿਸਟ੍ਰੇਸ਼ਨ ਲਈ ਤੁਰੰਤ ਸਰਵਿਸ, ਪਹੁੰਚੋ ਨੋਟਰੀ ਪਬਲਿਕ ਰਾਜਦੀਪ ਰੰਧਾਵਾ ਕੋਲ, ਆਫਿਸ ਰੇਡੀਓ ਇੰਡੀਆ ਦੇ ਬਿਲਕੁਲ ਨਾਲ ਯੋਰਕ ਸੈਂਟਰ ਸਰੀ। India is known for its festivals and celebrations, and Laddu festival is one of its kind festival celebrated in Jaipur city of Rajasthan state. Through this festival, devotees appease Lord Ganesha by offering a large amount of his favorite modaks ahead of Ganesh Chaturthi. This year, devotees offered 125,000 laddus of different sizes to the elephant-headed Hindu god. जब भगवान का अवतार हुआ था तो सबसे पहले शंकर से युद्ध हुआ था। शंकर से युद्ध होने पर इनकी गर्दन हटा दी गई थी, फिर वापस देवताओं द्वारा चूहे की गर्दन लगाई गई थी। जब ये मूछे की गर्दन लगाई गई तो मूछे को मोदक प्रिय होता है, इसलिए भगवान गर्दन को मोदक का भोग लगाया जाता है। The laddus offered were in a variety of sizes from 100 grams to 250 kilograms. The devotees believed that their gesture would please the god and would bring prosperity and blessings of Lord Ganesha to their city. Aaj Bhagwan ke Janmotsav ka Manohar Divas hai. Bhagwan bachcha jab chhota hota hai तो जन्मदिवस के पहले अपन उसके लिए अच्छे खिलौने, अच्छी मिठाइयाँ परिवार वाले उसको लेके देते हैं।
आज क्योंकि भगवान का जन्म विश्व की शुरुआत है, इसलिए भगवान के मोदक सबसे प्रिय है, तो वो विभिन्न तरीके के मोदक भगवान के आज अर्पित हो रहे हैं। The process continues with Ganesh Chaturthi when the sweets are distributed to the devotees. We believe that offering prayers with tempting amount of modaks is indeed a sweet idea to make your wishes come true. The 10th edition of the prestigious Teachers Achievement Awards was a glitzy affair. Aishwarya Bachchan, Ranbir Kapoor, Shabana Azmi and Bhaman Irani were a few of the Bollywood celebrities who were honoured at the function held in Mumbai recently. Ash, who was honoured with Teachers People Achiever Award, did not let go of the opportunity to promote her recent release, Guzarish. Very, very grateful कि लोगों ने गुजारिश फिल्म को पसंद की है और हमारे कैरेक्टर्स को इतना सराहा है। कोशिश यही रहती है कि हम अच्छी सिनेमा में काम कर सकें और जब तक ऑडियंस हमारा साथ दे हम ऐसे काम कर सकेंगे। सो थैंक यू ऑल द ऑडियंस फॉर अप्रिशिएटिंग एंड डू कंटिन्यू वॉचिंग गुजारिश बिकॉज आई हैव लव्ड इट मोर सो ऑन द सेकेंड एंड थर्ड व्यूइंग। सो आई होप यू ऑल एंजॉय द फिल्म एज मच एज वी डिड मेकिंग। Ranbir Kapoor received the Teachers Achievement Award in the Entertainment category. Ranbir's ex-girlfriend Deepika Padukone asked him to endorse a condom brand in a talk show recently. And here is what Ranbir had to say about it. I think all the youth of our country should be aware of safe sex and condoms is a very important thing. So I think she's giving out a very good message. Bhaman Irani, who spotted his new look from Dawn 2, shared his experience of shooting for the movie in Berlin while bagging the Achiever of the Decade award. Thandi bahut thi. लेकिन मैं वहाँ के लोग को देख के ताजुब हो गया कि सुबह से शाम तक होटल के बाहर खड़े रहते थे, इतना प्यार दिखाते थे। मैं सोच भी नहीं सकता हूँ कि, और वो एक हिंदुस्तानी एक भी नहीं, ये सब वहाँ के लोकल जर्मन्स, जो जर्मन पीपल लविंग शाहरुख खान, प्रियंका चोपड़ा, ऐसे उन लोग ने प्यार दिखाया कि पूछो मत। The Teachers Achievement Awards were instituted in 2001 and reward individual excellence in diverse fields under the categories of business, communications, sports, entertainment and lifetime achievement. एक तो भी टूरनामेंट तो घट हो थोड़े जिदा पिछले साल अं 8 टूरनामेंट करवाए थे, ऐतकी 7 हो बाकी जेडे प्लेयर्स जिहड़ी टीम्स ज़्यादा वधिया बनिया ने, एक दो टीमों छड़ के बाकी सारिया टीमों बहुत ही वधिया लैवल दे सीगियां, कंपीटीशन हुंदा ही ज़्यादा ते बाकी मैच भी जेडे ज़्यादा ऑर्गेनाइज होए आ, क्योंकि हर एक साल फर्क पैंदा ही जांदा। हुण अगले साल जो इस साल कमियां रहियां ने अगले साल वो पूरियां करांगे, तो जिहड़ियां टीम्स माड़ियां रहियां जां जिहड़ियां टीम मैचेस वगैरह नहीं करवाउंदियां तां उहनां सारयां नूं कहांगे मैच करवाउण, तां कि वध तों वध मैच जिहड़े लोकां नूं दिखाए जाण। फैडरेशन जां कोई भी टीम ला लो जां कुछ भी टूरनामेंट ला लो, उहनां दी सक्सैस प्लेयर्स तों गिणी जांदी है,
ਜੇ ਵਧੀਆ ਪਲੇਅਰ ਹੋਣਗੇ ਵਧੀਆ ਟੀਮ ਬਣੂਗੀ ਵਧੀਆ ਕੰਪੀਟੀਸ਼ਨ ਹੋਊਗਾ ਡੈਫੀਨੇਟਲੀ ਜਦੋਂ ਵਧੀਆ ਪਲੇਅਰ ਆਉਂਦੇ ਆ ਜਿਨ੍ਹਾਂ ਦਾ ਨਾਂ ਹੈਗਾ ਆਲਰੇਡੀ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਜਿੱਥੇ ਉਹ ਖੇਡਦੇ ਆ ਤਾਂ ਉਹ ਲੋਕਾਂ ਦੇ ਵਿੱਚ ਕਰੇਜ਼ ਤਾਂ ਉਹਨਾਂ ਦਾ ਹੁੰਦਾ ਹੀ ਹੁੰਦਾ ਇਸ ਕਰਕੇ ਜਿੱਦਾਂ ਤੁਸੀਂ ਨਾਂ ਲਿਆ ਹੀ ਆ ਹੁਣ ਜਿੱਦਾਂ ਮੈਂ ਨਾਂ ਲੈਂਦਾ ਸੁੱਖਾ ਭੰਡਾਲ ਕਾਲਮਾਲ ਭਲਵਾਨ ਸਾਡੇ 'ਚ ਆਏ ਸੀਗੇ ਉਹਨਾਂ ਨੇ ਵਧੀਆ ਪ੍ਰਦਰਸ਼ਨੀ ਕੀਤੀ ਆ ਅਤੇ ਬੈਸਟ ਸਟੋਪਰ ਵੀ ਨਿਕਲੇ ਆ ਅਤੇ ਵਾਕਈ ਲੋਕਾਂ ਨੇ ਵੀ ਇਹਦੀ ਸ਼ਲਾਘਾ ਕੀਤੀ ਆ ਅਤੇ ਸਾਨੂੰ ਵੀ ਥੋੜ੍ਹਾ ਜਿਹਾ ਫੀਲ ਹੋਇਆ ਵੀ ਹਾਂ ਵੀ ਵਾਕਈ ਮਤਲਬ ਅਸੀਂ ਇੰਪਰੂਵ ਕੀਤਾ ਅਤੇ ਲੋਕਾਂ ਦੇ ਵਿੱਚ ਜ਼ਿਆਦਾ ਕਰੇਜ਼ ਸੀਗਾ ਮੈਚ ਦੇਖਣ ਦਾ ਇਸ ਤਰ੍ਹਾਂ ਜਿਵੇਂ ਦੇਖਿਆ ਵੀ ਤੁਸੀਂ ਹੁਣ ਟੋਰਾਂਟੋ ਖੇਡ ਕੇ ਆਏ ਆ ਟੋਰਾਂਟੋ ਵੀ ਉਹ ਬੈਸਟ ਸਟੋਪਰ ਨਿਕਲਿਆ ਸੁੱਖਾ ਬਣਾ ਡੈਫੀਨੇਟਲੀ ਦੇਖੋ ਪਲੇਅਰ 'ਤੇ ਡਿਪੈਂਡ ਕਰਦਾ ਪਲੇਅਰਾਂ ਨਾਲ ਟੀਮ ਬਣਦੀ ਆ ਜੇ ਟੀਮ ਵਧੀਆ ਹੋਊਗੀ ਤਾਂ ਲੋਕ ਦੇਖਣਗੇ ਜੇ ਲੋਕ ਦੇਖਣਗੇ ਫਿਰ ਅਸੀਂ ਸਮਝਦੇ ਹਾਂ ਵੀ ਅਸੀਂ ਸਕਸੈਸਫੁਲ ਹਾਂ ਹਾਂਜੀ ਨਿਊਯਾਰਕ ਦੇ ਵਿੱਚ ਕੱਪ ਹੋ ਰਿਹਾ ਇਹ ਐਕਚੁਅਲੀ ਸੰਸਥਾ ਹੈਗੀ ਆ ਵਿਰਸਾ ਪੰਜਾਬ ਐਸੋਸੀਏਸ਼ਨ ਇਹ ਹਰ ਸਾਲ ਕੱਪ ਕਰਵਾਉਂਦੇ ਆ ਪਿਛਲੇ ਸਾਲ ਵੀ ਅਸੀਂ ਖੇਡ ਕੇ ਆਏ ਸੀਗੇ ਪਿਛਲੇ ਸਾਲ ਅਸੀਂ ਸੈਕਿੰਡ ਰਹੇ ਸੀ ਇੰਗਲੈਂਡ ਫਸਟ ਆਇਆ ਸੀ ਅਤੇ ਇਸ ਸਾਲ ਵੀ ਸਾਨੂੰ ਸੱਦਾ ਪੱਤਰ ਆਇਆ ਅਤੇ ਅਸੀਂ ਟੀਮ ਲੈ ਕੇ ਜਾ ਰਹੇ ਹਾਂ ਮੇਰੇ ਨਾਲ ਮੈਂ ਖੁਦ ਜਾ ਰਿਹਾ ਅਤੇ ਜੋਤੀ ਸਮਰਾ ਜਾ ਰਿਹਾ ਨਾਲ ਟੀਮ ਦੇ ਬਾਕੀ ਸਾਰੇ ਪਲੇਅਰਸ ਤਕਰੀਬਨ 10 ਪਲੇਅਰ ਪੂਰੇ ਵਧੀਆ ਵਧੀਆ ਸਿਲੈਕਟ ਕੀਤੇ ਆ ਪੂਰੀ ਵਧੀਆ ਟੀਮ ਬਣਾਈ ਆ ਆਸ ਆ ਵੀ ਪਿਛਲੇ ਸਾਲ ਨਾਲੋਂ ਵਧੀਆ ਪਰਫੋਰਮ ਕਰਾਂਗੇ ਅਤੇ ਬਾਕੀ ਟੂਰਨਾਮੈਂਟ ਬਹੁਤ ਵਧੀਆ ਕਰਵਾਉਂਦੇ ਆ ਉਹ ਉੱਥੇ ਜਿੱਦਾਂ ਟੋਰਾਂਟੋ ਦੀ ਟੀਮ ਹੁੰਦੀ ਆ ਬੀ ਸੀ ਟੀਮ ਇੰਗਲੈਂਡ ਤੋਂ ਟੀਮ ਆਉਂਦੀ ਆ ਕੈਲੀਫੋਰਨੀਆ ਤੋਂ ਟੀਮਸ ਹੋ ਜਾਂਦੀਆਂ ਨੇ ਇੱਕ ਲੋਕਲ ਟੀਮ ਉਹਨਾਂ ਦੀ ਉੱਥੇ 6 ਟੀਮਾਂ ਹੁੰਦੀਆਂ ਨੇ ਅਤੇ ਇੱਕ ਦਿਨ ਦਾ ਟੂਰਨਾਮੈਂਟ ਹੁੰਦਾ ਅਤੇ ਕਾਫੀ ਗੈਦਰਿੰਗ ਵੀ ਬਹੁਤ ਹੁੰਦੀ ਆ ਕਿਉਂਕਿ ਮੈਂ ਪਿਛਲੇ ਵਾਰ ਖੁਦ ਗਿਆ ਸੀਗਾ ਦੇਖ ਕੇ ਆਇਆ ਮੈਚ ਜੋ ਵੀ ਪਲੇਅਰ ਹੈਗੇ ਉਹਨੂੰ ਸਾਰਿਆਂ ਨੂੰ ਪਾਰਟੀਸਪੇਟ ਕਰਨਾ ਚਾਹੀਦਾ ਇਸ ਕਰਕੇ ਕੋਈ ਇੱਦਾਂ ਦੀ ਗੱਲ ਨਹੀਂ ਹੈਗੀ ਪਹਿਲਾਂ ਪਿਛਲੀ ਵਾਰ ਵੀ ਜਦੋਂ ਆਪਾਂ ਇੰਡੀਆ ਟੀਮ ਲੈ ਗਏ ਸੀ ਕੱਪ ਹੋਇਆ ਸੀ ਤਾਂ ਸਾਰੀਆਂ ਫੈਡਰੇਸ਼ਨਾਂ ਨੇ ਰਲ ਕੇ ਸਾਰੇ ਪਲੇਅਰਾਂ ਨੂੰ ਕਿਸੇ ਨੂੰ ਰੋਕਿਆ ਨਹੀਂ ਸੀਗਾ ਸਾਰੇ ਇਕੱਠੇ ਖੇਡਦੇ ਜੀ ਇਸ ਤਰ੍ਹਾਂ ਹੁਣ ਕੁਛ ਪਲੇਅਰ ਨੇ ਜਿਹੜੇ ਇੰਗਲੈਂਡ ਵੱਲੋਂ ਵੀ ਖੇਡਣੇ ਆ ਇੱਥੋਂ ਅਤੇ ਬਾਕੀ ਜਿਹੜੇ ਤਕਰੀਬਨ ਸਾਰੇ ਅਸੀਂ 3-4 ਉੱਧਰੀ ਫੈਡਰੇਸ਼ਨ 'ਚੋਂ ਵੀ ਲਏ ਆ ਮਤਲਬ ਪੂਰੀ ਐਨ ਵਧੀਆ ਟੀਮ ਬਣਾਈ ਆ ਕੋਈ ਇੱਦਾਂ ਦਾ ਨਹੀਂ ਹੈਗਾ ਵੀ ਇਹ ਕਿਹਦੇ ਵੱਲ ਖੇਡਦਾ ਕਿਹਦੇ ਵੱਲ ਨਹੀਂ ਖੇਡਦਾ ਸਾਡਾ ਮੇਨ ਮਕਸਦ ਆ ਵੀ ਸਾਰੇ ਪਲੇਅਰ ਇਹ ਪਰਫੋਰਮ ਕਰਨ ਅਤੇ ਲੋਕਾਂ ਨੂੰ ਦੇਖਣ ਦਾ ਨਜ਼ਾਰਾ ਆਵੇ ਭਾਅ ਜੀ ਮੈਂ ਇੰਗਲੈਂਡ ਦੇ ਵਿੱਚ ਸਲੋ ਕਲੱਬ ਵੱਲੋਂ ਖੇਡਦਾ ਸੀਗਾ ਉੱਥੋਂ ਮੇਰੀ ਸਿਲੈਕਸ਼ਨ ਹੋਈ ਸੀਗੀ ਇੱਥੇ ਵਰਲਡ ਕੱਪ ਦੇ ਲਈ ਇੱਥੇ ਮੈਨੂੰ ਆਪਣਾ ਦਾਰਾ ਭਾਅ ਜੀ ਜਿਹੜਾ ਮਠੱਡਿਆਂ ਦੀ ਯਾਦ ਇੱਥੇ ਕਲੱਬ ਆ ਉਹ ਮੈਨੂੰ ਆਪਣੇ ਨਾਲ ਲੈ ਗਿਆ ਇੱਥੇ ਖੇਡਣ ਨੂੰ ਕਿਉਂਕਿ ਉਹਨਾਂ ਦੇ ਕੁਝ ਪਲੇਅਰਾਂ ਦੀਆਂ ਸੱਟਾਂ ਲੱਗ ਗਈਆਂ ਸੀਗੀਆਂ ਉਹਨਾਂ ਨੇ ਮੈਨੂੰ ਉੱਥੇ ਸਿਲੈਕਟ ਕੀਤਾ ਤਾਂ ਕਰਕੇ ਮੈਂ ਇੱਥੇ ਕੈਨੇਡਾ ਖੇਡਣ ਆਇਆ ਭਾਅ ਜੀ ਇੰਗਲੈਂਡ ਦਾ ਸੀਜ਼ਨ ਬਹੁਤ ਵਧੀਆ ਲੱਗਾ ਮਿਹਰ ਸੀ ਪਰਮਾਤਮਾ ਦੀ ਮਿਹਨਤ ਕਰਦੇ ਸੀ ਬਹੁਤ ਸੋਹਣਾ ਲੱਗਾ ਤਾਂ ਹੀ ਸਿਲੈਕਸ਼ਨ ਹੋਈ ਆ ਵਰਲਡ ਕੱਪ ਦੀ ਵਧੀਆ ਖੇਡੇ ਕਰਕੇ ਮੈਂ ਜੀ ਕਬੱਡੀ ਦੇ ਵਿੱਚ ਯਾਰ ਜੁੜਿਆ ਸਾਡੇ ਟਹਿਲ ਸਿੰਘ ਅੰਕਲ ਜੀ ਹੋਣੇ ਸੀਗੇ ਸੰਧਵਾਂ ਦੇ ਜਿਹਨਾਂ ਨੇ ਮੈਨੂੰ ਲਾਇਆ ਪਹਿਲਾਂ ਮੈਂ ਰੈਸਲਿੰਗ ਕਰਦਾ ਸੀਗਾ ਅਤੇ ਫਿਰ ਮੈਂ ਭਰੋਲੀ ਆਪਣੇ ਛੋਟੇ ਮੁੰਡੇ ਸੀਗੇ ਉਹਨਾਂ ਨਾਲ ਖੇਡਦਾ ਸੀ ਫਿਰ ਉੱਧਰੋਂ ਮੈਂ ਕਲੱਬ ਆਜ਼ਾਦ ਵੱਲੋਂ ਖੇਡਦਾ ਰਿਹਾ ਪੰਜਾਬ ਦੇ ਵਿੱਚ ਹਾਂਜੀ ਭਾਅ ਜੀ ਬਹੁਤ ਫਰਕ ਪੈਂਦਾ ਗਰਾਊਂਡਾਂ ਦਾ ਫਰਕ ਬਹੁਤ ਪੈਂਦਾ ਆ ਮਿੱਟੀ ਦੇ ਵਿੱਚ ਖੇਡਦੇ ਆ ਪੈਰ ਜੰਮਦੇ ਬਹੁਤੇ ਆ ਇੱਥੇ ਥੋੜ੍ਹੀ ਸਲਿਪਰੀ ਆ ਯਾਨੀ ਕਿ ਹਰੇਕ ਮੌਸਮ ਦਾ ਵੀ ਫਰਕ ਪੈਂਦਾ ਗਰਾਊਂਡਾਂ ਦਾ ਬਾਅਦ ਦੀਆਂ ਗੱਲ ਆ ਹੁਣ ਭਾਅ ਜੀ ਉੱਥੇ ਕੰਪੀਟੀਸ਼ਨ ਇੰਗਲੈਂਡ ਕਿਸ ਤਰ੍ਹਾਂ ਕੰਪੀਟੀਸ਼ਨ ਸੀਗਾ ਵਧੀਆ ਸੀ ਭਾਅ ਜੀ ਕੰਪੀਟੀਸ਼ਨ ਬਹੁਤ ਵਧੀਆ ਸੀਗੇ ਸਾਰੇ ਵਧੀਆ ਸੀਗੇ 14 ਕੱਪ ਹੋਏ ਆ 5 ਕਲੱਬ ਸਾਡੀ ਸਲੋ ਕਲੱਬ ਨੇ ਜਿੱਤੇ ਆ ਵਧੀਆ ਸੀ ਮੇਲੇ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਦਾ ਭਾਅ ਜੀ ਆਪਣੇ ਇੰਨੇ ਪੰਜਾਬੀ ਭਾਈ ਬੰਦੇ ਇਕੱਠੇ ਹੋਏ ਆ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਸਾਨੂੰ ਦੇਖਣ ਆਉਂਦੇ ਆ ਇਹ ਆਉਂਦੇ ਆ ਤਾਂ ਅਸੀਂ ਵਧੀਆ ਖੇਡਦੇ ਜ਼ੋਰ ਲਾਉਂਦੇ ਆ ਐਕਸਪੈਕਟ ਕੀਤਾ ਕਿ ਮੇਲਾ ਇਦਾਂ ਭਰੂਗਾ ਭਾਅ ਜੀ ਸੋਚਿਆ ਤਾਂ ਬਹੁਤ ਜ਼ਿਆਦਾ ਸੀ ਹਾਂ ਸੋਚਿਆ ਬਹੁਤ ਜ਼ਿਆਦਾ ਚਲੋ ਫੇਰ ਵੀ ਬਹੁਤ ਆ ਅਤੇ ਅੱਗੇ ਮੂਹਰੇ ਸਰੀ ਜਿਹੜਾ ਦੂਜਾ ਕੱਪ ਹੋ ਰਿਹਾ ਉਹਦੇ ਵਿੱਚ ਬਹੁਤ ਜ਼ਿਆਦਾ ਕਹਿੰਦੇ ਰੌਣਕ ਹੁੰਦੀ ਆ ਬਹੁਤ ਵਧੀਆ ਟੀਮ ਆ ਭਾਅ ਜੀ ਸਾਡੇ ਦਾਰੇ ਭਾਅ ਜੀ ਹੁਣ ਜਿੰਨੇ ਵੀ ਪ੍ਰਧਾਨ ਆ ਜਿੰਨੇ ਵੀ ਆਪਣੇ ਸੱਜਣ ਮਿੱਤਰ ਇਹਨਾਂ ਦੇ ਨਾਲ ਜੁੜੇ ਹੋ ਕਲੱਬ ਦੇ ਸਾਰੇ ਬੰਦੇ ਬਹੁਤ ਨਾਈਸ ਆ ਬਹੁਤ ਚੰਗੇ ਆ ਪਲੇਅਰਾਂ ਦੀ ਬਹੁਤ ਜ਼ਿਆਦਾ ਮਦਦ ਕਰ ਰਹੇ ਹੈਲਪ ਕਰ ਰਹੇ ਆ ਧੰਨਵਾਦ
ਬੀ ਨੈਚੁਰਲ ਲੈ ਕੇ ਆਏ ਨੇ ਸ਼ੂਗਰ ਲਈ ਜਾਮਨ ਦਾ ਜੂਸ, ਇਮਿਊਨਿਟੀ ਵਧਾਉਣ ਲਈ ਆਮਲਾ ਤੇ ਯਾਦਦਾਸ਼ਤ ਵਧਾਉਣ ਲਈ ਬ੍ਰਹਮੀ ਦਾ ਜੂਸ। ਹਜ਼ਾਰਾਂ ਸਾਲਾਂ ਤੋਂ ਭਾਰਤ ਵਿੱਚ ਜੜੀ ਬੂਟੀਆਂ ਦੀ ਵਰਤੋਂ ਸਿਹਤ ਲਈ ਕੀਤੀ ਜਾਂਦੀ ਹੈ। ਕਿਸੇ ਵੀ ਭਾਰਤੀ ਸਟੋਰ ਤੋਂ ਅੱਜ ਹੀ ਖਰੀਦੋ 1-877-710-8081 ਜਾਂ ਫਿਰ 604-507-3300। ਨੋਟਰੀ ਪਬਲਿਕ ਰਾਜਦੀਪ ਸਿੰਘ ਰੰਧਾਵਾ ਇੰਡੀਆ ਤੇ ਕੈਨੇਡਾ ਤੋਂ ਉੱਚ ਸਿੱਖਿਆ ਪ੍ਰਾਪਤ ਹਨ। ਦੋਸਤਾਨਾ ਮਾਹੌਲ ਵਿੱਚ ਤੁਸੀਂ ਆਪਣੇ ਹਰ ਤਰ੍ਹਾਂ ਦੇ ਨੋਟਰੀ ਦੇ ਕੰਮ ਕਰਵਾ ਸਕਦੇ ਹੋ। ਰਾਹਦਾਰੀ ਹੋਵੇ, ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਜਾਂ ਮਾਰਗੇਜ ਰਜਿਸਟ੍ਰੇਸ਼ਨ ਲਈ ਤੁਰੰਤ ਸਰਵਿਸ, ਪਹੁੰਚੋ ਨੋਟਰੀ ਪਬਲਿਕ ਰਾਜਦੀਪ ਰੰਧਾਵਾ ਕੋਲ, ਆਫਿਸ ਰੇਡੀਓ ਇੰਡੀਆ ਦੇ ਬਿਲਕੁਲ ਨਾਲ ਯੋਰਕ ਸੈਂਟਰ ਸਰੀ। Looking for high-quality furniture and mattresses that suit your style, taste, and home decor at affordable prices? Then look no further. Super Deal. Whether helping you find the right dining room, living room, or bedroom suite, we'll give your home a modern look and feel. Super Deal. Furniture, mattress, warehouse. ਐਲਫਾ ਮੋਰਗੇਜ ਲੰਬੇ ਸਮੇਂ ਤੋਂ ਭਾਈਚਾਰੇ ਵਿੱਚ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਆ ਰਹੇ ਹਨ। ਘਰ ਲਈ, ਕਮਰਸ਼ੀਅਲ ਜਾਂ ਫਾਰਮ ਲੈਂਡ ਲਈ ਸੁਖ ਪੱਟੀ 604-765-4023। ਡਿਵੈਲਪਰਸ ਅਤੇ ਬਿਲਡਰਸ ਲਈ ਪ੍ਰਾਈਵੇਟ ਮੋਰਗੇਜ ਵੀ ਉਪਲਬਧ ਹੈ। ਅੱਜ ਹੀ ਕਾਲ ਕਰੋ ਐਲਫਾ ਮੋਰਗੇਜ ਦੇ ਸੁਖ ਪੱਟੀ ਨੂੰ 604-765-4023। ਫਰੰਟੀਅਰ ਵੇਅਰਹਾਊਸ ਸੇਲ ਨੇ ਹਰ ਪਾਸੇ ਪਾਈ ਹੋਈ ਹੈ ਧੂਮ। ਲੈ ਕੇ ਜਾਓ ਹਰ ਤਰ੍ਹਾਂ ਦੇ ਕੱਪੜੇ, ਬ੍ਰਾਈਡ ਹੋਵੇ ਜਾਂ ਗਰੂਮ, ਪਾਰਟੀ ਵੇਅਰ, ਵੈਡਿੰਗ ਜਾਂ ਰੈਗੂਲਰ ਸੂਟਸ, ਸਾੜੀਆਂ, ਲਹਿੰਗੇ, ਖੁੱਲ੍ਹਾ ਕੱਪੜਾ, ਬੱਚਿਆਂ ਅਤੇ ਮਰਦਾਂ ਦੇ ਕੱਪੜੇ ਬਹੁਤ ਹੀ ਘੱਟ ਘੱਟ ਕੀਮਤਾਂ 'ਤੇ। ਫਰੰਟੀਅਰ ਵੇਅਰਹਾਊਸ, ਯੂਨਿਟ 105-8140 ਸਕੌਟ ਰੋਡ, ਸਰੀ। ਫੋਨ 604-325-4424। ਘਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ। ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਅਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ। ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ। ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ, ਡਰੇਪਰੀ, ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ, ਅਸੈਸਰੀਜ਼ ਤੱਕ, ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ। ਕੰਟੈਕਟ ਕਰੋ ਸੰਦੀਪ ਕੌਰ 604-825-9295। ਟਰੱਕ, ਪ੍ਰੋਰੇਟ, ਕਾਰਗੋ, ਕਮਰਸ਼ੀਅਲ, ਆਟੋ, ਹੋਮ, ਟਰੈਵਲ ਅਤੇ ਲਾਈਫ ਇੰਸ਼ੋਰੈਂਸ ਕਰਵਾਉਣ ਲਈ AMC ਇੰਸ਼ੋਰੈਂਸ ਦੀਆਂ ਤਜਰਬੇਕਾਰ ਸੇਵਾਵਾਂ ਲਓ। ਅੱਜ ਹੀ ਕਾਲ ਕਰੋ 604-507-6866 'ਤੇ। ਟ੍ਰੇਨਡ ਪ੍ਰੋਫੈਸ਼ਨਲਸ ਤੁਹਾਡੀ ਜ਼ਰੂਰਤਾਂ ਦੇ ਮੁਤਾਬਿਕ ਤੁਹਾਨੂੰ ਸਲਾਹ ਦੇਣਗੇ ਅਤੇ ਬਹੁਤ ਹੀ ਵਾਜਿਬ ਇੰਸ਼ੋਰੈਂਸ ਪਲਾਨ ਬਣਾਉਣ ਵਿੱਚ ਤੁਹਾਡੀ ਮਦਦ ਕਰਨਗੇ। 3 ਲੋਕੇਸ਼ਨਸ, ਸਰੀ, ਲੈਂਗਲੀ ਅਤੇ ਕੁਕਿਟਲਮ। ਅੱਜ ਹੀ ਕਾਲ ਕਰੋ 604-507-6666। AMC ਇੰਸ਼ੋਰੈਂਸ, ਅ ਨੇਮ ਯੂ ਕੈਨ ਟਰੱਸਟ। Once again, welcome back to the show. Thursday evening, ਤੁਹਾਡੇ ਨਾਲ ਜੀ ਅਸੀਂ ਇੰਗਲਿਸ਼ ਵਿੱਚ ਗੱਲਬਾਤ ਕਰਦੇ ਹਾਂ ਅਤੇ ਆਪਣੇ ਯੰਗਸਟਰਸ ਨੂੰ ਫੋਕਸ ਕਰਕੇ ਆਮ ਤੌਰ 'ਤੇ ਰਾਜਕਮਲ ਕੌਰ ਜੀ ਸਾਡੇ ਨਾਲ ਆ ਕੇ ਸਾਂਝ ਪਾਉਂਦੇ ਨੇ, ਪਰ ਅੱਜ ਸਾਡੇ ਕੋਲ ਵਿਸ਼ੇਸ਼ ਮਹਿਮਾਨ ਪਹੁੰਚੇ ਨੇ ਜਿਹੜੇ ਕਿ ਭਾਰਤ ਤੋਂ ਇੱਥੇ ਸਾਡੇ ਕੋਲ ਪਹੁੰਚੇ। ਹਰਜਿੰਦਰ ਸਿੰਘ ਦਿਲਗੀਰ ਇੱਕ ਐਸੀ ਸ਼ਖਸੀਅਤ ਹਨ ਜਿਹੜੇ ਕਿ ਸਿੱਖ ਸਰਕਲਸ ਵਿੱਚ ਬੜੀ ਇਹਨਾਂ ਦੀ ਅਹਿਮੀਅਤ ਹੈ ਅਤੇ ਹਮੇਸ਼ਾ ਹੀ ਜੋ ਇਹ ਗੱਲਬਾਤ ਕਰਦੇ ਨੇ ਵਿਦ ਔਥੈਂਟਿਸਿਟੀ ਅਤੇ ਨਾਲ ਰਿਸਰਚ ਦੇ ਨਾਲ ਗੱਲਬਾਤ ਕਰਦੇ ਨੇ। ਸੋ ਅੱਜ ਅਸੀਂ ਜਿਹੜੀ ਗੱਲਬਾਤ ਕਰਨੀ ਆਪਣੇ ਯੰਗਸਟਰਸ ਨੂੰ ਹੀ ਫੋਕਸ ਕਰਕੇ ਮੈਂ ਗੱਲਬਾਤ ਕਰਨ ਜਾ ਰਿਹਾ ਇਹਨਾਂ ਨਾਲ, ਜਿਹਦੇ ਵਿੱਚ ਕਿ ਆਮ ਤੌਰ ਦੇ ਉੱਤੇ ਅਸੀਂ ਦੇਖ ਰਹੇ ਹਾਂ ਕਿ ਦੁਨੀਆ ਭਰ ਵਿੱਚ ਅਸੀਂ ਆਪਣੇ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਜੋੜ ਨਹੀਂ ਸਕ ਰਹੇ ਸਿੱਖੀ ਦੇ ਨਾਲ। ਇਸ ਦੇ ਕੀ ਕਾਰਨ ਹਨ ਅਤੇ ਕੀ ਕਰਨ ਦੀ ਲੋੜ ਹੈ, ਇਸ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਆਓ ਸਵਾਗਤ ਕਰਦੇ ਹਾਂ ਹਰਜਿੰਦਰ ਸਿੰਘ ਦਿਲਗੀਰ ਜੀ ਦਾ, ਹੂ ਹੈਜ਼ ਆਥਰਡ ਓਵਰ 50 ਬੁੱਕਸ ਐਂਡ ਇਜ਼ ਅ ਡਾਕਟਰੇਟ। ਵੈਲਕਮ ਟੂ ਦ ਪ੍ਰੋਗਰਾਮ ਜੀ। ਥੈਂਕ ਯੂ ਸਰ। ਸੋ ਡਾਕਟਰ ਸਾਹਿਬ, ਫਸਟ ਆਫ ਆਲ ਲਿਟਲ ਬਿਟ ਅਬਾਊਟ ਯੋਰਸੈਲਫ, ਇਫ ਯੂ ਕੁਡ ਟੈਲ ਆਰ ਵਿਊਅਰਸ ਐਂਡ ਸਪੈਸ਼ਲੀ ਦ ਯੰਗਸਟਰ, ਸਿੰਸ ਹਾਊ ਲੌਂਗ ਯੂ ਹੈਵ ਬੀਨ ਐਸੋਸੀਏਟਡ ਵਿਦ ਸਿੱਖ ਪੋਲੀਟਿਕਸ, ਸਿੱਖ ਫਿਲੋਸਫੀ ਐਂਡ ਸਿੱਖਇਜ਼ਮ। ਆਈ ਸਟਾਰਟਡ ਰਾਈਟਿੰਗ ਹਿਸਟਰੀ ਐਂਡ ਫਿਲੋਸਫੀ ਰਾਈਟ ਇਨ 1970s, ਦੀ ਬਿਗਨਿੰਗ ਆਫ 70s, ਬਾਈ ਦ ਵੇ ਇਟਸ ਨਾਊ ਅਬਾਊਟ 40 ਇਅਰਸ ਐਂਡ ਆਈ ਪਬਲਿਸ਼ਡ ਅਬਾਊਟ 60 ਬੁੱਕਸ। ਓ ਆਮ ਸੌਰੀ, 60 ਨਾਟ 50, ਰਾਈਟ, ਇਟਸ ਓਕੇ। There are some second or third editions also, that the number may be more. So my main work is Sikh history. It's in Punjabi in 5 volumes and in English it is 10 volumes. Then I have a work on Akal Takht, the socio the theopolitical seat of Sikhs. There are 6 books on Akal Takht, then Sikh culture, dictionary of Sikh philosophy, Sikh encyclopedia, encyclopedia CD-ROM, right, and so on. That's wonderful. Now, when we talk about Sikh politics, and also as you have talked about Akal Takht also, today what we are finding is in Sikhism, basically it was a very different kind of religion, but what today we are seeing is absolutely different. What to talk of the youth, that they should come and join us. We are asking or demanding from the youth that you should imbibe Sikhism.
But you go all across the world, and wherever you go, probably that's the main question you might be asked by everyone. What is happening? Why is it that the youngsters are not coming into the fold? And what is the problem? Where do you see this problem? I think there are several reasons for this. Number one, which is not applicable to Sikhs only, mm-hmm. To every religion. Religion is on decline. Right. I mean, church is on decline, not religion itself. The philosophy itself. Of religion, right. So, church is on decline, and people don't want, especially youth, they don't want to be associated with any institutionalized system. Right. They want freedom mm-hmm. of mind, freedom of body, freedom of activity. Mm-hmm. Mm. But it is not hedonism, let me tell you. It's not hedonism. They don't want just a player. Okay. They want freedom of consciousness and freedom from institutionalization, groupism, church, etc. Then, especially Sikhism, mm-hmm. there are different reasons. We have a peculiar form, mm-hmm. which is different from each and every other religion, all the other religions. Right. So, turban, hair, beard, mustache, mm-hmm. these are peculiar Sikh essentials, articles of faith. Right. So students and youth, mm-hmm. they feel that they have to do some difficult system with their daily routine, and they have to spend some time on it. They look different. Though, let me tell you, once I went to a city in Norway, mm-hmm. A Norwegian family with two children, they stopped their car. When the boy came out of car, and he looked at me, he asked his father, is he king? Mm-hmm. So the concept of a turban is like that of crown. Right. In spite of this, why children are running from it? Mm-hmm. The first is people are running from religion, right. Institutional religion. Secondly, our role models have not presented mm-hmm. Sikhism as a model to be adopted. Right. Thirdly, our gurdwaras and mm-hmm. other institutions, the children, especially youth, they don't find anything which attracts them. Right. Our performance of katha or kirtan, mm-hmm. whatsoever lectures even, the rest of the performance, all of them are for a selected audience, that is above 40-50, mm-hmm. and especially those who are well versed in Punjabi language. Right. Then another problem is that we don't involve our children. Mm-hmm. The last is that we have not been able to present our history, philosophy, culture, way of life, our peculiarities, our specialties to the youth. Right. Now, when we talk about Sikh history, because you've written so many books on Sikh history, basically when Sikh history is projected, it is in an absolutely different manner. Those kathas and kahanis also which have been brought forward and which are associated with the gurus, whereas gurus taught in Guru Granth Sahib, what we read is absolutely different than what we are reading in the Sikh history. So in your particular approach, what do you try to bring forward whereby something which is in tune with Guru Granth Sahib is also brought in the Sikh history? Is that been done? Yes, you are right. Whatever is being presented, mm-hmm. especially in Punjabi, it is gurus have been presented as magicians. Absolutely. So the miracle element mm-hmm. Has created doubts in the mind of children. We have Harry Potter, mm-hmm. We have Superman and such films, stunt films, new science movies. Mm-hmm. When the children say that, then it must be something of a fiction. Right. They don't believe it. Mm-hmm. Not only Sikhism, Ramayana, Mahabharata, there are certain things even in other religions. The children don't believe these magic and miracle element. Right. So we should present our history in mm-hmm. such a manner which should give teaching to them indirectly. Right. Mm-hmm. So are efforts being made, Dilgeer Sahib, by you when you are presenting Sikh history, because you said you have written 10 volumes of Sikh history and other books also. So do you try to bring in this element of eliminating that magical perspective of which we have been always trying to depict the gurus as? Perfectly, I have done the same. Okay. But you will not find any miracle story. Mm-hmm. If there is some story of a guru, for example, there is a story of Guru
Krishan Saab, when a dumb man and an illiterate man, looking illiterate, right, he starts explaining a Gita. Then the traditional story is that Guru touches him with his with stick. Or wand. But what I have presented is that during Guru's times, Gurus and other Sikh institutional sections or dharamsalas, we used to impart education to each and every person without consideration of caste, color, area, etc. Right. So I have presented him as an intellectual in simple dress. Right. So the theme is same, but presentation is different. It's quite strange that Sikhism is not very old, about 500 years. Yes, but right. Why is it that the message of the gurus has been diluted so fast? Is there any specific reason? Because the research which you have done, if you could let us know, what is your perspective that why this message is being diluted so fast? There are three reasons. Number one, those who have presented Sikh history, they were non-Sikhs mostly. They were supposed to dilute, right. They were supposed to distort, they were supposed to present it in a nefarious and negative pattern. Then there are persons who were just travelers, they had information from secondary or tertiary sources, right. So they were supposed to make mistakes. Third is our own writers. Yeah. When they presented Sikhism under special faith that the Guru should be presented as semi-gods, demigods, or with miracle powers. And they begin extolling and praising Gurus excessively. So they begin concocting stories. So that also distorted the history of the Sikhs. Right, and that's what we are seeing today in the Gurdwaras also. Our preachers also who come, they also talk the same language of what they have read, and that is what they are further giving it to the youngsters. And the youngsters, when they want to discuss, there is no point and they don't get an opportunity. And then again, they also say that if we are not being able to get answers for our questions, then what should we do? That's a dilemma the youngsters are in. And yes, youngsters must be coming to you also, yes, and talking to you about. So how, we'll talk in details about what needs to be done. But in the overall perspective, if we see the scenario is quite dim at this time, despite the best efforts of scholars, we are not seeing the results what need to be seen. So, Dilgeer Sahib, if you could let us know that what is your view on this, that what needs to be done? Because we generally put the blame on the Gurdwaras or the youngsters, but what about we as the role models or people who are at the helm of affairs? They need to come forward and present Sikhism in the right perspective. The problem is that most of the Sikhs who have come to Canada or America or England, a very large number of them, not all of them, they are illiterate. They came as labor. Right. They didn't have enough education to further give their message. Those who are literate, well-educated, they can begin giving message at home. They can start teaching their kids at home. But then the role of Gurdwaras is also there. They could have done. Right. But the best thing is nowadays what the youth is attracted towards is electronic media, internet, and other websites, etc. Print media is not so much useful. Even Gurdwaras are, because youth doesn't want to go there, so it's not effective. But still they can contribute financially to these websites and to print, to electronic media, etc. And through these mediums, not only in Canada, we can exchange material and information and what we want to impart to our youth from USA and other countries, even from India. Absolutely, this has started. This has already started. But again, the question is that whatever material they are getting, that is diluted. So what information is going forward through these mediums is not as effective as it should be. We'll continue with the discussion. We'll go for a small break. Come back, and our discussion with Dr. Dilgeer will continue. Please keep on watching the Harpreet Singh Show. ट्रक प्रोरेट कार्गो कमर्शियल ऑटो होम ट्रैवल अते लाइफ इंश्योरेंस करवाण लई एएमसी इंश्योरेंस दीआं तजुर्बेकार सेवावां लओ अज ही कॉल करो 604-507-6866 ते ट्रेन्ड प्रोफेशनल्स तुहाडी जरूरतां दे मुताबिक तुहानू सलाह देणगे अते बहुत ही वाजिब इंश्योरेंस प्लान बनाउण विच तुहाडी मदद करणगे तीन लोकेशंस सरी लैंगली अते कुकेटलम अज ही कॉल करो 604-507-6666 एएमसी इंश्योरेंस अ नेम यू कैन ट्रस्ट।
ਨੋਟਰੀ ਪਬਲਿਕ ਰਾਜਦੀਪ ਸਿੰਘ ਰੰਧਾਵਾ ਇੰਡੀਆ ਤੇ ਕੈਨੇਡਾ ਤੋਂ ਉੱਚ ਸਿੱਖਿਆ ਪ੍ਰਾਪਤ ਹਨ। ਦੋਸਤਾਨਾ ਮਾਹੌਲ ਵਿੱਚ ਤੁਸੀਂ ਆਪਣੇ ਹਰ ਤਰ੍ਹਾਂ ਦੇ ਨੋਟਰੀ ਦੇ ਕੰਮ ਕਰਵਾ ਸਕਦੇ ਹੋ। ਰਾਜਦਾਰੀ ਹੋਵੇ, ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਜਾਂ ਮਾਰਗੇਜ ਰਜਿਸਟ੍ਰੇਸ਼ਨ ਲਈ ਤੁਰੰਤ ਸਰਵਿਸ, ਪਹੁੰਚੋ ਨੋਟਰੀ ਪਬਲਿਕ ਰਾਜਦੀਪ ਰੰਧਾਵਾ ਕੋਲ, ਆਫਿਸ ਰੇਡੀਓ ਇੰਡੀਆ ਦੇ ਬਿਲਕੁਲ ਨਾਲ ਯੋਰਕ ਸੈਂਟਰ ਸਰੀ। ਫਰੰਟੀਅਰ ਵੇਅਰ ਹਾਊਸ ਸੇਲ ਨੇ ਹਰ ਪਾਸੇ ਪਾਈ ਹੋਈ ਹੈ ਧੂਮ। ਲੈ ਕੇ ਜਾਓ ਹਰ ਤਰ੍ਹਾਂ ਦੇ ਕੱਪੜੇ, ਬ੍ਰਾਈਡ ਹੋਵੇ ਜਾਂ ਗਰੂਮ, ਪਾਰਟੀ ਵੇਅਰ, ਵੈਡਿੰਗ ਜਾਂ ਰੈਗੂਲਰ ਸੂਟਸ, ਸਾੜੀਆਂ, ਲਹਿੰਗੇ, ਖੁੱਲ੍ਹਾ ਕੱਪੜਾ, ਬੱਚਿਆਂ ਅਤੇ ਮਰਦਾਂ ਦੇ ਕੱਪੜੇ ਬਹੁਤ ਹੀ ਘੱਟ ਘੱਟ ਕੀਮਤਾਂ 'ਤੇ। ਫਰੰਟੀਅਰ ਵੇਅਰ ਹਾਊਸ, ਯੂਨਿਟ 105-8140 ਸਕੌਟ ਰੋਡ, ਸਰੀ। ਫੋਨ 604-325-4424। ਬੀ ਨੈਚੁਰਲ ਲੈ ਕੇ ਆਏ ਨੇ ਸ਼ੂਗਰ ਲਈ ਜਾਮੁਨ ਦਾ ਜੂਸ, ਇਮਿਊਨਿਟੀ ਵਧਾਉਣ ਲਈ ਆਮਲਾ ਅਤੇ ਯਾਦਾਸ਼ਤ ਵਧਾਉਣ ਲਈ ਬ੍ਰਹਮੀ ਦਾ ਜੂਸ। ਹਜ਼ਾਰਾਂ ਸਾਲਾਂ ਤੋਂ ਭਾਰਤ ਵਿੱਚ ਜੜੀ ਬੂਟੀਆਂ ਦੀ ਵਰਤੋਂ ਸਿਹਤ ਲਈ ਕੀਤੀ ਜਾਂਦੀ ਹੈ। ਕਿਸੇ ਵੀ ਭਾਰਤੀ ਸਟੋਰ ਤੋਂ ਅੱਜ ਹੀ ਖਰੀਦੋ 1-877-710-8081 ਜਾਂ ਫਿਰ 604-507-3300। Once again, welcome back to the show. In today's show, we are talking with Dr. Dilgeer, who is a well-known Sikh historian who has written over 60 books, and he's the author of several magazines and author of several journals. What we are talking about is that youth is going away from Sikhism. What are the reasons for that? In the first section, we talked about the reasons why we feel that the Sikh youth is going away. But along with that, we also need to focus on the solutions, what needs to be done. And also when we talk about the history being diluted, who's responsible for that? And why are the Sikhs not aware of these kind of things? Let's ask him a little bit more. So before the break, like you mentioned, when we talk about dilution of the Sikh history, after all, Sikhs are educated now. Sikhs are all over the world, you know. Why is it that they also are not taking a stand if they feel that something which has been written doesn't go with what the basic concept of Guru Granth Sahib is? Why not some stand is being taken? The main problem is that when someone tries to present authentic and true history, those who have been associated with certain groups who have been propagating that, they create objections. Right. There is, and then they are called to the Akal Takht. There is hue and cry. Right. So they have a threat of Akal Takht and so-called Jathedar, right, which in fact does not exist in philosophy and history. There is no concept of Jathedar Akal Takht. Uh-huh. It was just a post-1986 phenomena, okay, during the militancy. Could you explain in details about this when you say that the post of Jathedar wasn't there? What do you mean by that? Very interesting. First time mention of Jathedar Akal Takht is on 12th of October 1920, uh-huh, when the Sikhs occupied Akal Takht and Gurdwaras. Right. Then there was nobody to take care, to look after. So it was decided that they should be they should form a jatha, a band, a group. We should take care of the building and the services. Okay. So the audience decided that we should have 25 or 21 members of this jatha. So people wanted to volunteer. There was only 7 persons who volunteered their name, okay, to take care of the building and the services. Right. And one of them was selected as leader of that jatha. Okay. And that was Teja Singh Puchar. From that phenomena, that incident, Jathedar Akal Takht was created. Okay. And before that, there is no mention of word Jathedar. So during the Guru's time, this post was not there? No, there is. You can't find this word in any book, okay, published before 1920. Okay. 1935 even. Right. Mahan Kosh is the most talked of encyclopedia. That's of right. Sikhism. Yeah. Perhaps there is no second encyclopedia in Punjabi. Ji. In that encyclopedia, you won't find the word Jathedar Akal Takht. Oh, wow. That's interesting. So it's quite strange how this position has become so powerful now. Political, religious association, what we have given to, it's quite strange then. Let me add two more things. Ji. On 26th of January 1986, there was a big gathering after attack on Darbar Sahib. So everybody wanted that Sikhs should have a joint platform. So in that gathering, it was decided that Bhai Jasbir Singh, who has been arrested, he should be released. Okay. And to get him released, it was decided that he should be appointed Jathedar Akal. Secondly, right, you have seen many people have been, about 10 to 15 have been excommunicated from Sikh Panth by the so-called Jathedar Akal Takht, including 6 persons from Canada. There is no tradition of excommunicating Sikh, any Sikh. Okay. For example, we all believe that Rehat Maryada is the final thing. That's right. That is Akal Takht's Rehat Maryada. And there is nothing of excommunicating any Sikh from Panth. It says you can
punish a Sikh, right, but not excommunicate. Mm-hmm. How you can punish it? You cannot summon a Sikh, okay, at a altar. Person should come himself and say, present himself, I have committed a mistake. It's like the Christians who go to the church and they want to forgive their sin, get their confession, sin for, like confession. That's right. Okay. And again, according to Sikh Rath Marada, you don't have to appear at Agaltar. Mm-hmm. You may appear before any Sangat. Wow. Well, that's a very interesting topic, but time won't permit me to go in details. Coming back to the issue now, the question is how to get back the youth into the Sikh fold now. As you said, it's in all the religions we are seeing that from organized religion, the youth is going away. But they are spiritual, basically. They are good people. Yes, and sir, especially the youngsters, what we find in Canada or States, they're, you know, the same from the heart and outside, not double standards like us, you know, that we say something and we mean something else. So now, what would be your suggestion, especially to the youth, that we mean business and you come, embrace Sikhism, and you continue with this tradition of what the gurus actually wanted? I think we should present Sikhism in its pure form, okay, not just ritualism. Mm-hmm. We are stressing more on ritualism. Right. Even when we talk about our dress or going to Gurdwara system, all this, we should not stress so much on dress or physical form. Right. We should stress on inner qualities. Mm-hmm. I don't say that a Sikh should not have a turban or beards or right, shouldn't have Khande Dipal. Mm-hmm. That is a must to become a complete Sikh. Right. But we should inculcate good qualities of human beings. Mm-hmm. Then we should present ourselves as a good role model. Right. Thirdly, we should use electronic media as much as possible. Mm-hmm. And the youth should be given opportunity for getting answers to their questions. Right. For example, we have Gurmat training camps. In Gurmat training camps, 2 hours should be for teaching, right, and 8 hours for answering the questions. Right. Absolutely. Then they will get set answers to their queries and questions and doubts. Right. So when we clear their doubts, mm-hmm, then they will feel that we have some place here and we have answers to our questions. Right. Well, Dilgeer Sahib, like we have seen that today, majority of the Sikhs are following that old tradition, the old path. So what you are talking is there must be other scholars also who think at that level, whereby you are trying to project Sikhism in the right perspective. So how much response are you getting from the public as such? Because you have taken up this initiative whereby you are trying to bring in the real figures, the true facts to the public. So when you are going to the public, is there some response from them? Have they started accepting these kind of things? And especially the youth, wherever you go, do you try to involve the youth also? I have been to different countries of the world, but my major work is in India, right, in different parts of India. Mm-hmm. And there is a Gurmat Gyan Mishri College, Ludhiana. Mm-hmm. They have done yeoman service. They go to villages, mm-hmm, and they talk to the students in their own diction. Right. They present Sikhism in the modern context, relating everything to science and technology and to history, mm-hmm, explaining the concepts, allowing children to ask questions. Right. They have succeeded. Okay. And I am a part of all these teams. I'm not associated with any college. Right, but you go wherever these kind of things are happening and try to bring in more awareness. And I wonder, the response is enormous, grand, unbelievable. Wonderful. Towards the end, the Sikhs living in Canada who are watching this program all across Canada, what would be your message to them that if we want to survive in this 21st century, what we should do on our behalf rather than just blaming the Gurdwaras or the institutions or the scholars? What we as Sikhs and especially the youngsters can do to make Sikhism known in their own lives also and to the outside world also? I think every parent should become a missionary. Mm-hmm. You are a missionary of your religion, right, and you have to present religion in from two aspects. Mm-hmm. One is you should become a role model. If I am a role model, my children or my relatives or my friends and their families, they will follow me. That's right. Secondly, we should preach real religion. What mm-hmm. is real religion? Not ritualism. Right. Ritualism is important, right, but it is 10% or 20%, mm-hmm. 80%. Most of the religion is what philosophy says.
what type of practice we should absolutely do. It's a Sikh way. Sikhism is a way of life. That's right. Ritualism, as you said, is important, but not to the extent that your entire focus is on ritualism only, and the basic message gets sidelined. That's right. We should adopt Sikh culture. Real culture is as gurus taught us, serving humanity, telling truth, honest, earning, right, sharing with others. Right. And helping others in when there is a necessity. Absolutely. And making prayers for the welfare of the whole world. Absolutely. We are citizens of the world. Wonderful. So we should prove that we represent that section which cares for the whole of the world. Absolutely, sir. Thank you very much for your time. It was thank a pleasure you, having you. Thank you. Thank you, sir. What Dr. Dilgeer has told us today is very, very important. Well, ritualism, what we are finding today, we are getting engulfed more and more into ritualism. And the basic essence, the basic message of Sikhism is being diluted. It is our own responsibility also that we as Sikhs also, we as youngsters, we as elders need to come together, discuss. Because discussion is the point whereby questions, when they are asked, they are answered, automatically one gets satisfied. But if we just try to put it under the carpet and say, no, this is what has been happening, then the results are in front of us. Decide on your own what we need to do. Thanks for watching the show. प्रोग्राम में शामिल होने का धन्यवाद फिर मुलाकात होगी जी तब तक दियो आ गया फीडबैक ली 604-603-7555 या फिर 604-825-4880 या फिर ईमेल राही harpreet@akaltv.com से संपर्क कर सकते हो नॉर्थ अमेरिका में इकला ही प्रोग्राम है जिहड़ा कि हर रोज सिखिज़म बारे तुहाडे नाल गलबात करता है अपनी फीडबैक जरूर दया करो लैना आ गया फिर मुलाकात करांगे तब तक गुड बाय